ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬ ਕੈਰੀਅਰ ਅੱਡਾ ਤੇ ਅੱਜ ਅਸੀਂ ਕਰਨ ਜਾ ਰਹੇ ਹਾਂ ਬੈਸਟ 200 MCQ ਫਰਵਰੀ ਮਹੀਨਾ ਦਾ ਪਾਰਟ ਨੰਬਰ ਪਹਿਲਾ ਇਸ ਸੈਸ਼ਨ ਚ ਬਹੁਤ ਇੰਪੋਰਟੈਂਟ ਕੁਐਸਚਨਸ ਫਰੇਮ ਕੀਤੇ ਗਏ ਨੇ ਤੁਹਾਨੂੰ ਚਾਰ ਪਾਰਟ ਮਿਲਣਗੇ ਹਾਲਾਂਕਿ ਮਾਰਚ ਮਹੀਨਾ ਚੱਲ ਰਿਹਾ ਹੈ ਲੇਕਿਨ ਬੈਸਟ ਫਰਵਰੀ ਮਹੀਨੇ ਦੇ ਕਰੰਟ ਅਫੇਅਰਸ ਸਾਨੂੰ ਕਵਰ ਕਰਨੇ ਹੈ ਇਸ ਤੋਂ ਪਹਿਲਾਂ ਅਸੀਂ ਜਨਵਰੀ ਮਹੀਨੇ ਦੇ ਵੀ ਫੋਰ ਪਾਰਟ ਦੇ ਅੰਦਰ ਐਮਸੀ ਬੈਸਟ ਐਮਸੀਕਿਊ 200 ਕਰੰਟ ਅਫੇਅਰ ਕੀਤੇ ਸੀਗੇ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ ਥੋਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਚਾਹੇ ਤੁਸੀਂ ਕੋਈ ਵੀ ਐਗਜ਼ਾਮੀਨੇਸ਼ਨ ਦੇ ਰਹੇ ਹੋ ਖਾਸ ਤੌਰ ਤੇ ਪੀਪੀਐਸਸੀ ਐਗਜ਼ਾਮ ਪੰਜਾਬ ਪਟਵਾਰੀ ਕਾਨਗੋ ਨੈਪ ਤਹਿਸੀਲਦਾਰ ਪੀ ਟ੍ਰਿਪਲ ਐਸ ਬੀ ਇਸ ਤੋਂ ਇਲਾਵਾ SSC ਇਗਜ਼ਾਮ ਹੈ NTPC ਐਗਜ਼ਾਮੀਨੇਸ਼ਨ ਹੈ ਚਾਹੇ ਤੁਸੀਂ ਹੋਰ ਵੀ ਐਗਜ਼ਾਮੀਨੇਸ਼ਨ ਦੇ ਰਹੇ ਹੋ ਤਾਂ ਤੁਹਾਡੇ ਲਈ ਬਹੁਤ ਇੰਪੋਰਟੈਂਟ ਸੈਸ਼ਨ ਹੋਏਗਾ ਦੱਸਣਾ ਚਾਹਾਂਗਾ ਜੇ ਤੁਸੀਂ ਫਸਟ ਟਾਈਮ ਇਸ ਚੈਨਲ ਤੇ ਵਿਜ਼ਿਟ ਕੀਤਾ ਤਾਂ ਪਲੀਜ਼ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਹੀਂ ਭੁੱਲਣਾ ਡਿਸਕ੍ਰਿਪਸ਼ਨ ਬਾਕਸ ਦਿੱਤੇ ਹੈ ਕਿ ਸਾਡੀ ਇੰਸਟਾਗ੍ਰam ਟੈਲੀਗ੍ਰam ਵਟਸਐਪ ਤੇ ਕਲਿੱਕ ਕਰਕੇ ਜੁੜ ਸਕਦੇ ਹੋ ਇੰਪੋਰਟੈਂਟ ਅਪਡੇਟਸ ਹੋ ਰੈਗੂਲਰਲੀ ਤੁਹਾਨੂੰ ਸਟੱਡੀ ਮਟੀਰੀਅਲ ਫਾਰਵਰਡ ਕੀਤਾ ਜਾ ਰਿਹਾ ਵਾ ਦੱਸਣਾ ਚਾਹਾਂਗਾ ਪੰਜਾਬ ਗਵਰਨਮੈਂਟ ਦੇ ਸਾਰੇ ਪੇਪਰ ਅਤੇ ਹੋਰ ਵੀ ਐਗਜ਼ਾਮੀ ਤਾਂ ਤੁਸੀਂ ਸਾਡੀ ਵੈਬਸਾਈਟ ਤੇ ਵਿజిਟ ਕਰੋ www.gilgmentortest.com ਜਾਂ gilgmentor.co.in ਤੇ ਵਿజిਟ ਕਰਕੇ ਤੁਸੀਂ ਆਪਣਾ ਆਨਲਾਈਨ ਮੌਕ ਟੈਸਟ ਸੀਰੀਜ਼ ਵੀ ਲੈ ਸਕਦੇ ਹੋ ਬਹੁਤ ਇੰਪੋਰਟੈਂਟ ਹੈ ਇਹਦੇ ਨਾਲ ਨਾਲ ਤੁਹਾਨੂੰ ਇਹ ਵੀ ਜਾਣਕਾਰੀ ਮੈਂ ਦੇ ਦਾਂ ਕਿ ਤੁਸੀਂ ਘਰ ਬੈਠੇ ਅੱਛੇ ਲੈਵਲ ਦੀ ਪ੍ਰੈਪਰੇਸ਼ਨ ਕਰਨਾ ਚਾਹੁੰਦੇ ਹੋ ਤਾਂ ਆਪਣੇ ਦੋਸਤਾਂ ਨੂੰ ਰეკਮੈਂਡ ਕਰੋ ਆਪਣੇ ਦੋਸਤਾਂ ਨੂੰ ਜਾਣਕਾਰੀ ਸਾਂਝੀ ਕਰੋ ਵਿਦਆਊਟ ਕਿਸੇ ਐਨੀ ਰਜਿਸਟ੍ਰੇਸ਼ਨ ਫੀਸ ਯਾਨੀ ਕੰਪਲੀਟਲੀ ਤੌਰ ਤੇ ਕਹਿ ਸਕਦੇ ਆ ਕਿ ਫ੍ਰੀਚ ਤੁਸੀਂ ਆਪਣੀ ਤਿਆਰੀ ਯਕੀਨੀ ਤੌਰ ਤੇ ਵਿਦ ਐਕਸਪਰਟ ਫੈਕਲਟੀ ਦੁਆਰਾ ਕਰ ਸਕਦੇ ਹੋ ਚਲੋ ਪਹਿਲਾ ਕੁਐਸਚਨ ਸਕ੍ਰੀਨ ਤੇ ਹੈ ਆਪਾਂ ਕਿਸੇ ਪ੍ਰਕਾਰ ਦੇ ਕੋਈ ਤੁਹਾਡਾ ਮੈਂ ਕੋਈ ਕਮੈਂਟਸ ਰੀਡ ਨਹੀਂ ਕਰਾਂਗਾ ਬਿਕੋਜ਼ ਮੈਂ ਸਿਰਫ ਕੁਐਸਚਨ ਪੜ੍ਹਾਂਗਾ ਔਰ ਪ੍ਰੋਪਰਲੀ ਤੁਹਾਨੂੰ ਬਾਈ ਲੈਂਗੁਅਵਲ ਕੁਐਸਚਨ ਮਿਲਣਗੇ ਔਰ ਫੁੱਲੀ ਐਕਸਪਲੇਨੇਸ਼ਨ ਕੁਐਸਚਨਸ ਮੈਂ ਦਵਾਗਾ ਠੀਕ ਹੈ ਔਰ ਇਸ ਤੋਂ ਬਾਅਦ ਮੇਰੀ ਗਾਰੰਟੀ ਹੈ ਕੀ கரنٹ ਅਫੇਅਰ ਸੈਸ਼ਨ ਦੇ ਵਿੱਚੋਂ 101% ਗਾਰੰਟੀ ਹੈ ਕਿ ਕੋਈ ਵੀ ਸਿੰਗਲ ਕੁਐਸਚਨ ਆਊਟ ਨਹੀਂ ਹੋਏਗਾ ਚਲੋ ਇਹਨਾਂ ਨੂੰ ਦੱਸਣਾ ਹੈ ਵੀ ਕਿਹੜਾ ਸਟੇਟ ਹੈ ਫਲੈਗ ਆਫ ਇੰਡੀਆ ਫਰਸਟ ਆਫ ਇਟਸ ਕਾਈਂਡ ਫਰੂਟ ਟ੍ਰੇਨ ਇਹ ਕੈਰੀਸ ਕਰੇਗਾ ਲਗਭਗ ਲੋਡ 800 980 ਮੈਟ੍ਰਿਕ ਟਨ ਹੈ ਇਹ ਕਾਦੇ ਵਾਸਤੇ ਬਨਾਣਾ ਅੰਡਰ ਦਾ ਬ੍ਰਾਂਡ ਨੇਮ ਇਹਦਾ ਹੋਏਗਾ ਹੈਪੀ ਬਨਾਣਾ ਜਨਵਰੀ 2020 ਮਤਲਬ ਕਿ ਇਹੋ ਜਿਹਾ ਕਿਹੜਾ ਸੂਬਾ ਆ ਜਿਹੜਾ ਫਲੈਗ ਕਰੇਗਾ ਭਾਰਤ ਦਾ ਪਹਿਲਾ ਸੂਬਾ ਹੋਣ ਦੇ ਨਾਤੇ ਫਰੂਟ ਟ੍ਰੇਨ ਠੀਕ ਹੈ ਤਕਰੀਬਨ ਤਕਰੀਬਨ ਇਹਦੇ ਚ ਲੋਡ ਹੋਏਗਾ 980 ਮੈਟ੍ਰਿਕ ਟਨ ਹੋਏਗਾ ਬਨਾਣਾ ਜੋ ਕਿ ਇਹਦਾ ਇੱਕ ਬਲਕਿ ਬ੍ਰਾਂਡ ਨੇਮ ਰੱਖਿਆ ਗਿਆ ਹੈ ਹੈਪੀ ਬਨਾਣਾ ਦੋਸਤੋ ਪੰਜ অপਸ਼ਨਸ ਤੁਹਾਨੂੰ ਮਿਲਣਗੇ ਤੇ ਲੇਕਿਨ ਕਰੈਕਟ ਜੋ ਚੁਆਇਸ ਹੋਏਗੀ ਉਹ ਹੋਏਗੀ ਏਪੀ ਮਤਲਬ ਆਂਧਰਾ ਪ੍ਰਦੇਸ਼ অপਸ਼ਨ ਨੰਬਰ ਫੋਰਥ ਬਿਲਕੁਲ கரੈਕਟ ਆਨਸਰ ਹੋਏਗਾ ਠੀਕ ਹੈ ਤੁਹਾਨੂੰ ਮੈਂ ਜਿਹੜੀਆਂ ਜਾਣਕਾਰੀਆਂ ਪੁੱਛਾਂਗਾ ਪਲੀਜ਼ ਕਮੈਂਟ ਬਾਕਸ ਜਰੂਰ ਦਿਓ ਜਿੰਨੇ ਵੀ ਸੁਭਚਿੰਤਕ ਸਾਨੂੰ ਕਮੈਂਟ ਬਾਕਸ ਆਪਣਾ ਆਨਸਰ ਦੇਣਗੇ ਉਹਨਾਂ ਚ ਸ਼ਾਰਟਲਿਸਟ ਕਰਾਂਗੇ ਔਰ ਉਹ ਸਟੂਡੈਂਟ ਨੂੰ ਅਸੀਂ ਬਾਈ ਨੇਮ ਪ੍ਰੋਪਰਲੀ ਤਰੀਕੇ ਨਾਲ ਅਨਾਉਂਸ ਕਰਾਂਗੇ ਐਂਡ ਹੀ ਐਂਡ ਸ਼ੀ ਵਿਲ ਗੈਟ ਏ ਮੈਂ ਕਹਾਂਗਾ ਕਿ ਬਹੁਤ ਅੱਛਾ ਔਰ ਕਿਊਟ ਜਿਹਾ ਇੱਕ ਸਰਪ੍ਰਾਈਜ਼ ਤੁਹਾਨੂੰ ਦਿੱਤਾ ਜਾਏਗਾ ਚਲੋ ਇਹਦੇ ਚ ਦੱਸਿਆ ਜਾ ਰਿਹਾ ਇਸ ਐਡੀਸ਼ਨਲ ਫੈਕਟ ਸਾਰੇ ਕੁਐਸਚਨ ਦੇ ギਵਨ ਹੈ ਤੁਹਾਨੂੰ ਅ ਬਲਕਿ ਇਹ ਜੋ ਭਾਰਤ ਦੀ ਪਹਿਲੀ ਜੋ ਫਰੂਟ ਟ੍ਰੇਨ ਹੈ ਇਹ ਲਾਂਚ ਕੀਤੀ ਗਈ ਸੀਗੀ ਅ ਦੱਸਣਾ ਚਾਹਾਂਗਾ ਤਾਡੀ ਪਾਤਰੀ ਰੇਲਵੇ ਸਟੇਸ਼ਨ ਟੂ ਅਨੰਤਪੁਰ ਡਿਸਟ੍ਰਿਕਟ ਫਰੋਮ ਕਡਾਪਾ ਡਿਸਟ੍ਰਿਕਟ ਆਫ ਆਂਧਰਾ ਪ੍ਰਦੇਸ਼ ਹੈ ਤਕਰੀਬਨ ਤਕਰੀਬਨ ਇਹ ਫਸਟ ਟਾਈਮ ਐਂਟਰੀ ਕਰੇਗੀ ਟ੍ਰੇਨ ਲਗਭਗ ਲੋਡ ਲੈ ਕੇ ਜਾਏਗੀ 980 ਮੈਟ੍ਰਿਕ ਟਨ ਹੈ ਔਰ ਖਾਸ ਤੌਰ ਤੇ ਯਾਦ ਰੱਖਣਾ ਹੈਗਾ ਕਿ ਇਹਦੇ ਲਈ ਇੱਕ ਜੋ ਬ੍ਰਾਂਡ ਨੇਮ ਬਣਾਇਆ ਗਿਆ ਹੈ ਹੈਪੀ ਬਨਾਣਾ ਹੈ ਔਰ ਇਹ ਕਿ ਜੋ ਕਿ ਗੁੰਟਕਲ ਰੇਲਵੇ ਡਿਵੀਜ਼ਨ ਹੈ ਵਨ ਆਫ ਦਾ 4 ਜੋ ਸਾਊਥ ਦਾ ਸਾਊਥ ਕੋਸਟ ਰੇਲਵੇ ਜੋਨ ਹੈ ਨਾ ਇੰਡੀਆ ਦਾ ਉਹਦੇ ਚੋ ਇਹ ਲਗਭਗ ਲੋਡ ਕਰੇਗੀ ਬਨਾਣਾ ਔਰ वेस्ट ਏਸ਼ੀਅਨ ਕੰਟਰੀ ਦੇ ਵਿੱਚ ਇਹ ਜਾਏਗੀ ਠੀਕ ਹੈ ਚਲੋ ਅਗਲਾ ਕੁਐਸਚਨ ਹੈ ਕੁਐਸਚਨ ਨੰਬਰ 2 ਹੈ ਵਿਚ ਇਜ਼ ਦਾ ਫਰਸਟ ਇੰਡੀਅਨ ਸਟੇਟ ਟੂ ਲਾਂਚ ਦਾ ਡੂਰ ਸਟੈਪ ਪੈਨਸ਼ਨ ਡਿਲੀਵਰੀ ਸਕੀਮ ਇਨ ਫਰਵਰੀ 2020 ਇਹੋ ਜਿਹਾ ਕਿਹੜਾ ਸੂਬਾ ਆ ਕਿ ਜਿਹੜਾ ਮਤਲਬ ਸਕੀਮ ਸ਼ੁਰੂ ਕਰਨ ਜਾ ਰਿਹਾ ਹੈ ਹਾਲਾਂਕਿ ਡੂਰ ਸਟੈਪ ਜਿੱਥੋਂ ਵੀ ਨਾਮ ਆਉਂਦਾ ਹੈ ਤਾਂ ਇਹ ਦਿੱਲੀ ਗਵਰਨਮੈਂਟ ਤੋਂ ਪਹਿਲਾਂ ਆਉਂਦਾ ਹੈ ਬਿਕਾਉਜ਼ ਮੈਂ ਕਿਸੇ ਵੀ ਗਵਰਨਮੈਂਟ ਦੀ ਇੱਥੇ ਬਲਕਿ ਉਹ ਚੀਜ਼ ਨਹੀਂ ਕਰਾਂਗਾ ਸੋ ਜੋ ਐਕਚੁਅਲ ਜ ਹਕੀਕਤ ਹੈ ਕਿ ਗਵਰਨਮੈਂਟ ਆਫ ਦਿੱਲੀ ਹੈ ਉਹਨੇ ਜਿੰਨਾ ਵੀ ਪਬਲਿਕਲੀ ਇਨੀਸ਼ੀਏਟਿਵ ਕੀਤਾ ਹੈ ਮੈਕਸਿਮਮ ਜੋ ਖਾਸ ਤੌਰ ਤੇ ਜੋ ਸੂਬੇ ਨੇ ਉਹਨਾਂ ਨੇ ਅਪਣਾਉਣਾ ਸ਼ੁਰੂ ਕਰਤਾ ਹੈ ਔਰ ਖਾਸ ਤੌਰ ਤੇ ਸਾਡੇ ਸੂਬੇ ਵਾਲਿਆਂ ਨੂੰ ਵੀ ਕਟੋ-ਕਟ ਇੱਕ ਸਿੱਖਣ ਨੂੰ ਜ਼ਰੂਰ ਮਿਲੀ ਹੈ ਜਿਵੇਂ ਕਿ ਡੂਰ ਸਟੈਪ ਦੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਦਿੱਲੀ ਦੇ ਵਿੱਚ 40 ਤੋਂ ਜ਼ਿਆਦਾ 40 ਤੋਂ ਜ਼ਿਆਦਾ ਸਕੀਮਾਂ ਨੇ ਜਿਹੜੀਆਂ ਡੂਰ ਸਟੈਪ ਚੱਲਦੀਆਂ ਕਿਉਂਕਿ ਆਪਾਂ ਦੇਖਦੇ ਹਾਂ ਕਿ ਖਾਸ ਤੌਰ ਤੇ ਇਲੈਕਸ਼ਨ ਹੁੰਦੇ ਹਨ ਨਾ ਮੈਕਸਿਮਮ ਲੀਡਰਸ ਹੁੰਦੇ ਆ ਗਲੀ ਨਾਲੀਆਂ ਤੱਕ ਸੀਮਿਤ ਨੇ ਕਿਉਂਕਿ ਜ਼ਮਾਨਾ ਬਹੁਤ ਅੱਗੇ ਨਿਕਲ ਚੁੱਕਿਆ ਹੈ ਠੀਕ ਹੈ ਲੇਕਿਨ ਇਹਨਾਂ ਲੋਕਾਂ ਨੇ ਇਥੋਂ ਨਿਕਲ ਕੇ ਤਕਰੀਬਨ 40 ਪ੍ਰਕਾਰ ਦੀਆਂ ਹਿੰਦੂਸਤਾਨ ਦੇ ਵਿੱਚ ਬਲਕਿ ਮੈਂ ਕਵਾਂਗਾ ਵਰਲਡ ਦੇ ਵਿੱਚ ਇਹੋ ਜੀ ਪਹਿਲੀ ਸਕੀਮ ਹੈ ਜਿਵੇਂ ਕਿ ਆਪਾਂ ਛੋਟੇ-ਮੋਟੇ ਗੱਲ ਕਰ ਲਨੇ ਆ ਪਹਿਚਾਨ ਪੱਤਰ ਹੈ ਆਧਾਰ ਕਾਰਡ ਹੈ ਰਾਸ਼ਨ ਕਾਰਡ ਹੈ ਕਾਸਟ ਸਰਟੀਫਿਕੇਟ ਹੈ ਮੂਲ ਨਿਵਾਸ ਹੈ ਇਹਦੇ ਨਾਲ ਨਾਲ ਚਾਹ ਸਾਡਾ ਬਰਥ ਸਰਟੀਫਿਕੇਟ ਹੈ ਚ ਡੈਥ ਸਰਟੀਫਿਕੇਟ ਹੈ ਕੋਈ ਫੈਮਿਲੀ ਮੈਂਬਰ ਦਾ ਯਾ ਇਦਾਂ ਨੇ ਬਹੁਤ ਜ਼ਿਆਦਾ ਡਾਕੂਮੈਂਟਸ ਹੁੰਦੇ ਨੇ ਇਹਨਾਂ ਦੇ ਵਿੱਚ ਕਰਨਾ ਕੀ ਹੈ ਕਿ ਇਹਨਾਂ ਨੇ ਗਵਰਨਮੈਂਟ ਦਾ ਇੱਕ ਨੰਬਰ ਦਿੱਤਾ ਹੋਇਆ ਹੈ ਉਸ ਤੇ ਤੁਸੀਂ ਕਾਲ ਕਰਨਾ ਤੁਹਾਡੇ ਘਰੇ ਇੱਕ ਅਫੀਸਰਸ ਆਏਗਾ ਸਿਰਫ ਤੁਹਾਡੇ ਤੋਂ 50 ਰੁਪਏ ਫੀਸ ਲਏਗਾ ਔਰ ਜੇ ਤੁਸੀਂ ਆਫਿਸ ਚ ਖੁਦ ਜਾ ਕੇ ਬਣਵਾਉਣਾ ਚਾਹ ਰਹੇ ਤਾਂ ਕੋਈ ਫੀਸ ਨਹੀਂ ਹੈ ਜੇ ਤੁਸੀਂ ਘਰੋਂ ਕਰੋ ਚਾਹੋ ਨੇ ਵੀ ਤੁਹਾਡਾ ਘਰੋਂ ਡਾਟਾ ਲਏ ਜੇ ਉਹਨਾਂ ਨੇ ਘਰੇ ਆਉਣਾ ਔਰ ਤੁਹਾਡਾ ਥਮ ਇਮਪ੍ਰੈਸ਼ਨ ਹੋਏਗਾ ਔਰ ਤੁਹਾਡੀ ਡਿਟੇਲ ਸਾਰੀ ਅਟੈਚ ਹੋ ਜੇਗੀ ਔਰ ਉਸ ਤੋਂ ਬਾਅਦ ਵਿਦਿਨ 7 ਡੇਸ ਤੁਹਾਡਾ ਜੋ ਵੀ ਡਾਕੂਮੈਂਟ ਹੋਏਗਾ ਉਹ ਬਣ ਕੇ ਤੁਹਾਡੇ ਬਾਈ ਪੋਸਟ ਕਰੇ ਆ ਜਾਏਗਾ ਇਸ ਸਕੀਮ ਦੇ ਵਿੱਚ ਕੀ ਹੈ ਕਿ ਕਰਪਸ਼ਨ ਰੁਕ ਗਿਆ ਕਿਉਂਕਿ ਆਪਾਂ ਲਾਈਨਾਂ 'ਚ ਜਾ ਕੇ ਲੱਗਦੇ ਆਂ ਤਾਂ ਉੱਥੇ ਕੀ ਹੁੰਦਾ ਕਿ ਲਗਭਗ ਆਪਾਂ ਫਿਰ ਨੀਅਰ ਅਬਾਊਟ ਕਿਸੇ ਨਾ ਕਿਸੇ ਏਜੰਟ ਨੂੰ ਫੜਦੇ ਆਂ ਰਾਈਟ ਹੈ ਇਦਾਂ ਨਹੀਂ ਪ੍ਰੋਸੀਜਰਸ ਬਹੁਤ ਜ਼ਿਆਦਾ ਹੁੰਦੀਆਂ ਖਾਸ ਤੌਰ ਤੇ ਇਹ ਸਾਡੇ ਸੂਬੇ 'ਚ ਵੀ ਇੰਪਲੀਮੈਂਟ ਹੋਣਾ ਚਾਹੀਦਾ ਬਟ ਦੇਰਾਈ ਦੁਰਸਤਾਈ ਕਟੋ-ਕਟ ਔਮੈਨਸ ਵਾਸਤੇ ਮੈਂ ਕਹਾਂਗਾ ਕਿ ਅ ਵਿਮਨ ਪਾਵਰ ਨੂੰ ਅੱਗੇ ਵਧਾਉਣ ਵਾਸਤੇ ਇੱਕ ਪੰਜਾਬ ਸੂਬੇ ਨੇ ਜੋ ਇੱਕ ਇਨੀਸ਼ੀਏਟਿਵ ਲਿਆ ਹੈ ਕੀਪੀਆਰਟੀ ਔਰ ਪੰਜਾਬ ਰੋਡਵੇਜ ਬੱਸਾਂ ਦੇ ਵਿੱਚ ਕਿਰਾਇਆ ਹਾਫ ਕੀਤਾ ਜਾ ਰਿਹਾ ਹੈ ਦੋਸਤੋ ਇਹਦੇ ਵਿੱਚ ਵੀ ਇੱਕ ਮੈਂ ਤੁਹਾਨੂੰ ਦੱਸਾਂਗਾ ਕਿ ਇਹਦੇ ਵਿੱਚ ਕੋਈ ਫੰਡ ਨਿਰਧਾਰਿਤ ਨਹੀਂ ਕੀਤਾ ਗਿਆ ਇਸ ਸਕੀਮ ਕਹਤੀ ਹੈ ਇਹਨਾਂ ਨੇ ਬਹੁਤ ਸਾਰੀਆਂ ਸਕੀਮਾਂ ਕਹੀਆਂ ਸੀ 2021 ਤੋਂ ਪਹਿਲਾਂ ਇੰਪਲੀਮੈਂਟ ਹੋਣ ਦੀ ਬਹੁਤ ਘੱਟ ਚਾਂਸਸ ਨੇ ਇਹਦੇ ਐਂਡ ਸੈਕੰਡਲੀ ਗੱਲ ਇਹ ਹੈਗੀ ਹੈ ਕੀ ਜੋ ਕਿ ਇਹਨਾਂ ਨੇ ਇਹ ਚੀਜ਼ ਅਨਾਉਂਸ ਕੀਤਾ ਔਰ ਖਾਸ ਤੌਰ ਤੇ ਇਹ ਨਾ ਆਪਾਂ ਕਹਿ ਸਕਦੇ ਹਾਂ ਕਿ ਸਾਨੂੰ ਇਦਾਂ ਦਾ ਜੋ ਲੀਡਰਸ ਹੁੰਦੇ ਨੇ ਪਿਕ ਕਰਦੇ ਆ ਜਿੱਥੋਂ ਆਪਾਂ ਜਲਦੀ ਸ਼ਿਕਾਰ ਹੋ ਜਾਈਏ ਠੀਕ ਹੈ ਕਿਉਂਕਿ ਹਮੇਸ਼ਾ ਮੰਚ ਤੋਂ ਇਹ ਚੀਜ਼ਾਂ ਬੋਲੀਆਂ ਜਾਂਦੀਆਂ ਕਿ ਵਿਮਨ ਦਾ ਸ਼ੋਸ਼ਣ ਹੋ ਰਿਹਾ ਹੈ ਇਦਾਂ ਓਦਾਂ ਕਿਉਂਕਿ ਇਸ ਕਰਕੇ ਖਾਸ ਤੌਰ ਤੇ ਤੁਹਾਨੂੰ ਪਤਾ ਬਹੁਤ ਸਾਰੇ ਐਗਜ਼ਾਮਪਲਸ ਹੁੰਦੇ ਨੇ ਸੋ ਥੈਟ ਯੂ ਆਲ ਆਰ ਅੰਡਰਸਟੈਂਡ ਠੀਕ ਹੈ ਤੁਸੀਂ ਸਾਰੇ ਸਮਝ ਪਾ ਰਹੇ ਹੋ ਐਂਡ ਸੈਕੰਡਲੀ ਮੈਂ ਗੱਲ ਕਵਾਂਗਾ ਕਿ ਇਸ ਪਾਰਟਿਕਲ ਕੁਐਸਚਨ ਤੇ ਆਪਣਾ ਸਹੀ ਆਨਸਰ ਤੁਸੀਂ ਦੇਣਾ ਹੈ ਤੁਹਾਡਾ ਆਨਸਰ ਕੀ ਹੋਣਾ ਚਾਹੀਦਾ ਹੈ ਇਹਦਾ ਵੀ ਆਨਸਰ ਆਂਧਰਾ ਪ੍ਰਦੇਸ਼ ਹੈ ਤਾਂ ਇਹ ਡੂਰਸ ਜੋ ਡੂਰਸਟੈਪ ਪੈਨਸ਼ਨ ਡਿਲੀਵਰੀ ਹੈ ਇਹ ਕੀਤੇ ਜਾ ਰਿਹਾ ਹੈ ਹਾਲਾਂਕਿ ਬਹੁਤ ਸਾਰੀਆਂ ਗਵਰਨਮੈਂਟਸ ਹੋਰ ਵੀ ਕਰ ਰਹੀਆਂ ਨੇ ਇਹਦੇ ਵਿੱਚ ਹੈ ਇਦਾਂ ਕਿ ਜਿਨ੍ਹਾਂ ਦੀ ਇੱਕ ਏਜ ਨਿਰਧਾਰਿਤ ਕੀਤੀ ਗਈ ਹੈ ਤਕਰੀਬਨ 60 ਤੋਂ ਲੈ ਕੇ 65 ਸਾਲ ਦੇ ਜਿਹੜੇ ਤਕਰੀਬਨ ਮੈਂ ਕਹਾਂਗਾ ਕਿ ਪਹਿਲਾਂ 65 ਸਾਲ ਸੀਗਾ ਹੁਣ ਇਹਨੇ 60 ਸਾਲ ਤੱਕ ਜਿਨ੍ਹਾਂ ਦੀ ਉਮਰ ਹੋ ਗਈ ਹੈ ਉਹਨਾਂ ਨੂੰ ਇੱਕ ਗਵਰਨਮੈਂਟ ਨੇ ਜਿਨੂੰ ਆਪਾਂ ਕਹਿੰਦੇ ਨੇ ਬੁਢਾਪਾ ਪੈਨਸ਼ਨ ਉਹ ਨਿਰਧਾਰਿਤ ਕੀਤੀ ਹੈ ਔਰ ਇਹ ਬੁਢਾਪਾ ਪੈਨਸ਼ਨ ਹੈਗੀ ਹੈ ਇਹਦੇ ਤਹਿਤ ਇਹਦਾ ਨਾਮ ਦਿੱਤਾ ਗਿਆ ਵੇ ਇਹਨਾਂ ਨੇ ਇਹਨਾਂ ਨੇ ਨਾਮ ਦਿੱਤਾ ਕਿ YSR YSR ਪੈਨਸ਼ਨ ਕਨੁਕਾ ਹੈ ਇਹ ਕੀ ਹੋਏਗਾ ਕਿ ਬਾਈਪੋ ਡਾਕਿਆ ਹੈ ਜਾਂ ਵਟ ਏਵਰ ਜੋ ਵੀ ਕੋਈ ਪਰਸਨ ਹੋਏਗਾ ਗਵਰਨਮੈਂਟ ਦਾ ਨਾਮਿੰਦਾ ਹੋਏਗਾ ਉਸ ਉਸ ਪਰਸਨ ਨੇ ਜਾ ਕੇ ਘਰੇ ਦੇਣਾ ਹੈ ਠੀਕ ਹੈ ਸੋ ਦੈਟ ਇਦਾਂ ਬਲਕਿ ਇਸ ਨੂੰ ਤਾਂ ਹੁਣ ਹੋਰ ਵੀ ਜ਼ਿਆਦਾ ਇਹਨਾਂ ਨੇ ਸਮਾਰਟਫੋਨ ਦੇ ਜ਼ਰੀਏ ਦੇਣਾ ਸ਼ੁਰੂ ਵੀ ਕਰਤਾ ਹੈ ਚਲੋ ਅਗਲਾ ਕੁਐਸਚਨ ਦੇਖਾਂਗੇ ਕੁਐਸਚਨ ਨੰਬਰ ਹੈ ਤੀਜਾ ਇਹਦੇ ਵਿੱਚ ਦੇ ਰੱਖਿਆ ਕਿ ਐਸ ਪਰ ਦਾ ਰੀਸੈਂਟਲੀ ਰਿਲੀਜ਼ ਗਵਰਨਮੈਂਟ ਆਫ ਡਾਟਾ ਠੀਕ ਹੈ ਸਕੋਰਸ 기ਵਨ ਬਾਈ ਦਾ ਐਮ ਆਈਟੀ ਬਾਈ ਮਤਲਬ ਪਬਲਿਕ ਸੈਕਟਰ ਬੈਂਕ are rated good in digital transactions in december 2019 is are matlab sab to acha kide bank da balki mai kahwanga ki digital transaction sab to behtar hoya hai to dasna chahwanga shubchint ko mere ede ch option number hoega apna state bank of india da hai hai aur ede ch ki hai ki bank of maharashtra it means first and third means option number fifth bilkul correct answer hoega matlab ki government of india the bank hai ਕੋਆਰਡੀਨੇਟਲੀ ਰੀਸੈਂਟਲੀ ਜੋ ਰਿਲੀਜ਼ ਡਾਟਾ ਕੀਤਾ ਗਿਆ ਸੀ ਗਵਰਨਮੈਂਟ ਆਫ ਇੰਡੀਆ ਨੇ ਔਰ ਇਹਦੇ ਚ ਕੀ ਸੀਗਾ ਕਿ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਸਟੇਟ ਬੈਂਕ ਆਫ ਇੰਡੀਆ ਐਂਡ ਬੈਂਕ ਆਫ ਮਹਾਰਾਸ਼ਟra ਸੀਗਾ ਇਹ ਦੋ ਪਬਲਿਕ ਸੈਕਟਰ ਬੈਂਕ ਨੇ ਜਿਨ੍ਹਾਂ ਦਾ ਬਹੁਤ ਅੱਛਾ ਗੁੱਡ ਇਨ ਡਿਜੀਟਲ ट्रांजैक्शन ਸਕੋਰ ਹੋਇਆ तकरीबन 68 ਔਰ 77 ਹੋਇਆ ਦੋਨਾਂ ਦਾ ਔਰ ਇਹ ਸਕੋਰ ਇੰਡੀਵੀਜੂਅਲੀ ਬੈਂਕ ਇਹਨਾਂ ਨੇ ਦਿੱਤਾ ਹੈਗਾ ਕਿ ਟੋਟਲ ਨੌ ਪ੍ਰਾਈਵੇਟ ਬੈਂਕਸ ਨੇ ਔਰ ਦੋ ਪੇਮੈਂਟ ਬੈਂਕਸ ਰੀਸੀਵ ਹੋਈਆਂ ਰੇਟਿੰਗ ਔਨ ਦਾ ਡਿਜੀਟਲ ਟ अगला क्वेश्चन देखेंगे क्वेश्चन नंबर चौथा नेक्स्ट क्वेश्चन है कि इंडियन ओरिजिन टैकी अरविंद कृष्णा इनू इलैक्ट किया गया चीफ एग्जीक्यूटिव ऑफिसर इनफॉर्मेसन टेक्नोलॉजी गैंट कंपनी दसना चाहवागा इन चो कि है पांच ऑप्शन थोड़ा गिवन ने दोस्तों करैक्ट आंसर आप चूज करना वा करैक्ट आंसर हो गया ऑप्शन नंबर टू आई बी एम आई बी एम दुल फॉरम की है इंटरनेशनल बिजनेस मशीन ठीक है ਇੰਟਰਨੈਸ਼ਨਲ ਬਿਜ਼ਨਸ ਮੈਸੀਨ एग्जाम ਦੇ ਤੌਰ ਤੇ ਗੱਲ ਕਰਦੇ ਆ ਕਿ ਬਹੁਤ ਹੀ ਵਾਰੀ ਪੇਪਰ ਦੇ ਵਿੱਚ ਪੁੱਛਿਆ ਗਿਆ ਹੈ ਆ ਆਈਬੀਐਮ ਦੇ ਸੀਓ ਕੌਣ ਹੈ ਆਈਬੀਐਮ ਦੀ ਪੂਰੀ ਜਾਣਕਾਰੀ ਤੁਹਾਡੇ ਕੋਲੇ ਕੀ ਹੈ ਇਦਾਂ ਦੇ ਕੁਐਸਚਨਸ ਤੁਹਾਨੂੰ ਹਰ ਬਾਰ ਪੁੱਛੇ ਜਾਣਗੇ ਸੋ ਥੈਟ ਫਸਟ ਆਫ ਅਲ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਹ ਇੰਡੀਅਨ origin ਟੈਕਨੋਲੋਜੀ ਐਗਜ਼ੀਕਿਊਟਿਵ ਨੇ ਜਿਹੜੇ ਅਰਵਿੰਦ ਕ੍ਰਿਸ਼ਨਾ ਹੈ ਉਹਨਾਂ ਨੂੰ ਇੱਥੇ ਕੀ ਬਣਾਇਆ ਗਿਆ ਹੈ ਚੀਫ ਐਗਜ਼ੀਕਿਊਟਿਵ ਆਫੀਸਰ ਜਿਨ੍ਹਾਂ ਨੂੰ ਆਪਾਂ ਸੀਈਓ ਕਹਿ ਦਿੰਦੇ ਆ ਆਫ ਅਮਰੀਕਨ ਆਈਟੀ ਅਮਰੀਕੀ ਐਂਡ ਐਨ ਜਾਇੰਟ ਅ ਇੰਟਰਨੈਸ਼ਨਲ ਬਿਜ਼ਨਸ ਮਸ਼ੀਨ ਕ੍ਰੋਪ ਠੀਕ ਹੈ ਔਰ ਆਫਟਰ ਮੈਂ ਕਹਾਂਗਾ ਕਿ ਵਰਲਡ ਕਲਾਸ ਸクセਸ਼ਨ ਪ੍ਰੋਸੈਸ ਸੋ ਥੈਟ ਯਾਦ ਰੱਖਣਾ ਹੋਏਗਾ ਐਗਜ਼ਾਮ ਦੇ ਵਿੱਚ ਹੈ ਔਰ ਜਿੱਥੋਂ ਤੱਕ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਇਹ ਬੇਸ ਬੇਸਕ ਬੇਸਡ ਕੀ ਦੇ ਹੈ ਇਹ ਬੇਸਡ ਗੂਗਲ ਦੇ ਬੇਸਡ ਹੈ ਠੀਕ ਹੈ ਕਾਰਪੋਰੇਸ਼ਨ ਚੀਫ ਸਤਿਆ ਨੰਡੇਲਾ ਐਂਡ ਸੀਓ ਕੋਰਨੇ ਸੁੰਦਰ ਪਚਾਈ ਨੇ ਠੀਕ ਹੈ ਕਿਦੇ ਗੂਗਲ ਦੀ ਗੱਲ ਹੈ ਅ ਮਾਈਕਰੋਸਾਫਟ ਦੀ ਗੱਲ ਹੈ ਠੀਕ ਹੈ ਚਲਿਏ ਨੈਕਸਟ ਕੁਐਸਚਨ ਦੇਖਾਂਗੇ ਆਪਾਂ ਕੁਐਸਚਨ ਨੰਬਰ ਹੈ 5ਵਾਂ ਗਵਰਨਮੈਂਟ ਆਫ ਇੰਡੀਆ ਨੇ ਹਾਲੀ ਦੇ ਵਿੱਚ ਇੱਕ ਅਪੁਆਇੰਟਮੈਂਟ ਕੀਤਾ ਆ ਮਿਸਟਰ ਇਹਨਾਂ ਦਾ ਨਾਮ ਦੇ ਰੱਖਿਆ ਅਜੀਤ ਕੁਮਾਰ ਐਜ਼ ਚੇਅਰਮੈਨ ਆਫ ਕੀ ਦੇ ਮਤਲਬ ਚੇਅਰਮੈਨ ਬਣਾਏ ਗਏ ਨੇ ਇਹਨਾਂ ਨੂੰ ਤਾਂ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਦੱਸਣਾ ਫਟਾਫਟ ਪੰਜ অপਸ਼ਨਸ ਤੁਹਾਨੂੰ ਗਿਵਨ ਨੇ ਗਾਇਸ கரੈਕਟ ਆਨਸਰ ਇਹਦਾ ਕੀ ਹੋ ਸਕਦਾ ਆਪਸ਼ਨ ਨੰਬਰ 3 ਹੋਏਗਾ ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸ ਐਂਡ ਕਸਟਮਸ ਠੀਕ ਹੈ ਯਾਨੀ ਇੱਕ ਡਾਇਰੈਕਟ ਟੈਕਸ ਹੈ ਇੱਕ ਇਨਡਾਇਰੈਕਟ ਟੈਕਸ ਹੈ ਦੋ ਸੋ ਦੈਟ ਆਪਾਂ ਨੂੰ ਯਾਦ ਰੱਖਣਾ ਹੋਏਗਾ ਸੀ ਬੀ ਆਈ ਸੀ ਯਾਨੀ ਇਨ ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸ ਐਂਡ ਕਸਟਮਸ ਤਾਂ ਆਪਸ਼ਨ ਨੰਬਰ 3 ਬਿਲਕੁਲ கரੈਕਟ ਆਨਸਰ ਹੋਏਗਾ ਔਰ ਇਹਨਾਂ ਦੇ ਜੋ ਗਵਰਨਮੈਂਟ ਨੇ ਇਹਨਾਂ ਨੂੰ ਅਪੁਆਇੰਟਮੈਂਟ ਕੀਤਾ ਹੈ ਐਜ਼ ਅ ਚੇਅਰਮੈਨ ਤਾਂ ਮਿਸਟਰ ਅਜੀਤ ਕੁਮਾਰ ਨੂੰ ਠੀਕ ਹੈ ਚਲੋ ਜੀ ਦੋਸਤੋ ਨੈਕਸਟ ਕੁਐਸਚਨ ਦੇਖਾਂਗੇ ਕੁਐਸਚਨ ਨੰਬਰ 6 ਹੈ ਨੈਕਸਟ ਕੁਐਸਚਨ ਹੈ ਕਿ ਮਹਾਰਾਸ਼ਟਰਾਸ ਵਿਦਿਆਬਾਲ ਮਹਾਰਾਸ਼ਟਰਾ ਦੀ ਵਿਦਿਆਬਾਲ ਸੀਗੀ ਜਿੱਦੀ ਹਾਲੀ ਦੇ ਵਿੱਚ ਡੈਥ ਹੋ ਗਈ ਹੈ ਇਹ ਕੌਣ ਸੀ ਇੱਕ ਪੋਲੀਟੀਸ਼ੀਅਨ ਸੀ ਜਾਂ এনवायरमेंटਲਿਸਟ ਸੀ ਯਾ ਸੋਸ਼ਲ ਐਕਟਿਵਿਸਟ ਸੀ ਯਾ ਕਲਾਸਿਕਲ ਡਾਂਸਰ ਸੀ ਯਾ ਮਰਾਠੀ ਪੋਇਟ ਸੀ ਤਾਂ ਦੋਸਤੋ ਦੱਸਣਾ ਚਾਹਾਂਗਾ ਇਹਦਾ ਜੋ ਸਹੀ ਆਨਸਰ ਹੋਏਗਾ ਇੱਕ ਸਮਾਜ ਸੇਵਕ ਸੀਗੇ অপਸ਼ਨ ਨੰਬਰ ਤੀਜਾ ਆ ਜਾਏਗਾ ਯਾਦ ਰੱਖਣਾ ਹੋਏਗਾ ਵਿਦਿਆਬਾਲ ਠੀਕ ਹੈ ਕੀ ਨਾਮ ਇਹਨਾਂ ਦਾ ਵਿਦਿਆਬਾਲ ਜੋ ਮਹਾਰਾਸ਼ਟਰਾ ਤੋਂ ਸੀਗੇ ਇਹਨਾਂ ਦੀ ਹਾਲੀ ਦੇ ਵਿੱਚ ਡੈਥ ਹੋ ਗਈ ਸੀ ਗਾਇਸ ਸੋ ਥੈਟ ਇਹ ਐਗਜ਼ਾਮ 'ਚ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈ ਬਹੁਤ ਹੀ ਈਜ਼ੀ ਅਤੇ ਸਿੰਪਲ ਤਰੀਕੇ ਨਾਲ ਤੁਸੀਂ ਇਹਦਾ ਆਨਸਰ ਦੇ ਸਕਦੇ ਹੋ ਜਿਵੇਂ ਕਿ ਤੁਹਾਨੂੰ ਦੱਸਣਾ ਚਾਹਾਂਗਾ ਇਹਨਾਂ ਦੀ ਉਮਰ ਸੀ ਲਗਭਗ 83 ਸਾਲ ਦੀ ਸੀਗੀ ਇੱਕ ਇਹ ਮਰਾਠੀ ਮੈਂ ਕਹਿ ਸਕਦਾ ਕਿ ਫੈਮਿਨਿਸਟ ਰਾਈਟਰ ਜਰਨਲਿਸਟ ਸੀਗੇ ਇਹ ਇੱਕ ਹਸਾਬ ਦੇ ਠੀਕ ਹੈ ਇਹ ਮਰਾਠੀ ਜਰਨਲਿਸਟ ਹੋਣ ਦੇ ਨਾਲ ਨਾਲ ਸਭ ਤੋਂ ਵੱਡੇ ਨਾਂ ਦੇ ਜੋ ਟੈਗ ਸੀਗਾ ਉਹ ਸੀਗਾ ਇਹ ਸੋਸ਼ਲ ਐਕਟਿਵਿਸਟ ਸੀਗੇ ਔਰ ਇਹ ਨਾਲ ਦੀ ਡੈਥ ਹੋਈ ਪੂਨੇ ਦੇ ਵਿੱਚ ਹੋਈ ਹੈ ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਔਰਮਨ ਵਾਸਤੇ ਖਾਸ ਤੌਰ ਤੇ ਇਹਨਾਂ ਨੇ ਬਹੁਤ ਜ਼ਿਆਦਾ ਫਾਈਟ ਕੀਤੀ ਹੈ ਸੋਸ਼ਲਿਸਟ ਫੈਮਿਨਿਅਮ ਦੇ ਨਾਮ ਤੋਂ ਵੀ ਇਹਨਾਂ ਨੂੰ ਬਜਾਣਾ ਜਾਂਦਾ ਸੀਗਾ ਠੀਕ ਹੈ ਚਲੋ ਜੀਏ ਦੋਸਤੋ ਨੈਕਸਟ ਕੁਐਸਚਨ ਦੇਖਾਂਗੇ ਆਪਾਂ ਕੁਐਸਚਨ ਨੰਬਰ 7ਵਾਂ 7ਵੇਂ ਕੁਐਸਚਨ ਦੇ ਵਿੱਚ ਹੈ ਯਾਨੀ 34ਵੇਂ ਐਡੀਸ਼ਨ ਸੂਰਜਕੁੰਡ ਜੋ ਇੰਟਰਨੈਸ਼ਨਲ ਕ੍ਰਾਫਟ ਮੇਲਾ ਹੋਇਆ ਹੈ ਇਹਦਾ ਇਨੋਗਰੇਟਡ ਕੀਤਾ ਗਿਆ ਸੀ ਪ੍ਰੈਜ਼ੀਡੈਂਟ ਸ਼੍ਰੀ ਰਾਮਨਾਥ ਗੋਵਿੰਦ ਗੋਵਿੰਦ ਦੁਆਰਾ ਰਾਮਨਾਥ ਗੋਵਿੰਦ ਦੁਆਰਾ ਕੀਤਾ ਗਿਆ ਸੀਗਾ ਫਰਵਰੀ 2020 ਦੇ ਵਿੱਚ ਸੂਰਜਕੁੰਡ ਇੰਟਰਨੈਸ਼ਨਲ ਕ੍ਰਾਫਟ ਮੇਲਾ ਹੈਗਾ ਲਾਰਜੇਸਟ ਕ੍ਰਾਫਟ ਮੇਲਾ ਹੈ ਵਰਲਡ ਦਾ ਨਾ ਕਿ ਇੰਡੀਆ ਦੇ ਬਲਕੀ ਵਰਲਡ ਦਾ ਹੈ ਇਹ ਤੁਸੀਂ ਦੱਸਣਾ ਵੀ ਕਿਹੜੇ ਸੂਬੇ ਵਿੱਚ ਕੰਡਕਟ ਕੀਤਾ ਗਿਆ ਸੀਗਾ ਦੋਸਤੋ ਆਪਾਂ ਨੂੰ ਪਤਾ ਹੈ ਕਿ ਹਰਿਆਣਾ ਗਵਰਨਮੈਂਟ ਦੇ ਕਾਫੀ ਜ਼ਿਆਦਾ ਐਗਜ਼ਾਮੀਨੇਸ਼ਨਸ ਅੱਗੇ ਪਿੱਛੇ ਰਹੇ ਨੇ ਖਾਸ ਤੌਰ ਤੇ 2019 ਦੇ ਲਾਸਟ ਸੈਸ਼ਨ ਅਤੇ ਬਿਗਨਿੰਗ ਦੇ 2020 ਸੋ ਥੈਟ ਕraft ਮੇਲਾ ਹਰਿਆਣਾ ਦੇ ਸਬੰਧ ਵਿੱਚ ਬਹੁਤ ਜ਼ਿਆਦਾ ਹਾਈਲਾਈਟਡ ਸੀਗਾ ਤਾਂ ਆਪਸ਼ਨ ਨੰਬਰ ਤੀਜਾ ਆਪਾਂ ਟਿੱਕ ਕਰ ਦਾਂਗੇ ਜਿੱਥੋਂ ਨੇ ਸੀਐਮ ਕੌਣ ਨੇ ਮਨੋਰ ਲਾਲ ਖੱਟਰ ਜੀ ਨੇ ਤਾਂ ਤੁਸੀਂ ਕਮੈਂਟ ਕਰਕੇ ਮੈਨੂੰ ਦੱਸਣਾ ਹੈ ਇੱਥੋਂ ਨੇ ਗਵਰਨਰ ਕੌਣ ਨੇ ਠੀਕ ਹੈ ਇਸੀ ਜੋ ਗੱਲ ਕਰਦੇ ਹਾਂ ਸੂਰਜਕੁੰਡ ਮੇਲੇ ਦਾ 34ਵਾਂ ਐਡੀਸ਼ਨ ਸੀਗਾ ਇਹ ਕਿੱਥੇ ਹੋਇਆ ਸੀਗਾ ਇਹਦੀ ਵੀ ਪੂਰੀ ਜਾਣਕਾਰੀ ਤੁਹਾਨੂੰ ਦੱਸਾਂਗਾ ਮੈਂ ਠੀਕ ਹੈ ਲੇਕਿਨ ਇਹ ਯਾਦ ਰੱਖਣਾ ਕਿ 34ਵਾਂ ਐਡੀਸ਼ਨ ਸੂਰਜਕੁੰਡ ਇੰਟਰਨੈਸ਼ਨਲ ਕ્રાਫਟ ਮੇਲਾ ਹਰਿਆਣਾ ਦੇ ਵਿੱਚ ਹੋਇਆ ਸੀਗਾ ਔਰ ਸੂਰਜਕੁੰਡ ਇੰਟਰਨੈਸ਼ਨਲ ਕ્રાਫਟ ਮੇਲਾ ਹੈ ਇਹ ਲਾਰਜੇਸਟ ਕ્રાਫਟ ਮੇਲਾ ਹੈ ਪੂਰੇ ਵਰਲਡ ਦਾ ਠੀਕ ਹੈ ਚਲੋ ਜੀ ਔਰ ਦੱਸਣਾ ਚਾਹਾਂਗਾ ਕਿ ਐਵਰੀ ਈਅਰ ਐਟ ਸੂਰਜਕੁੰਡ ਇਨ ਫਰੀਦਾਬਾਦ ਡਿਸਟ੍ਰਿਕਟ ਆਫ ਹਰਿਆਣਾ ਦੇ ਵਿੱਚ ਹੁੰਦਾ ਹੈ ਠੀਕ ਹੈ ਚਲੋ ਜੀ ਨੈਕਸਟ ਕੁਐਸਚਨ ਦੇਖਾਂਗੇ ਕੁਐਸਚਨ ਤਾਫਿਕ ਅਲਾਵੀ ਨੂੰ ਐਜ ਅ ਨਿਊ ਪ੍ਰਧਾਨ ਮੰਤਰੀ ਫਰਵਰੀ 2020 ਦੇ ਵਿੱਚ ਕੀਤਾ ਔਰ ਇਹ ਇਹ ਕਿਹਦੇ ਸਕਸੀਡਡ ਰਹੇ ਨੇ ਮਤਲਬ ਕਿ ਅਦਿਲ ਅਬਦੁਲ ਮਹਿਦੀ ਦੋਸਤੋ ਬਹੁਤ ਅੱਛਾ ਕੁਐਸਚਨ ਹੈ ਖਾਸ ਤੌਰ ਤੇ ਪੰਜ ਆਪਸ਼ਨਸ ਤੁਹਾਨੂੰ ਗਿਵਨ ਨੇ ਸਭ ਤੋਂ ਪਹਿਲਾਂ ਤਾਂ ਸਾਨੂੰ ਡਿਟੇਲ ਵਾਈਜ਼ ਪੂਰੇ ਕੁਐਸਚਨ ਦੀ ਜਾਣਕਾਰੀ ਸਾਨੂੰ ਮਾਲੂਮ ਹੋਣਾ ਬਹੁਤ ਜ਼ਰੂਰੀ ਹੈ ਪੰਜ অপਸ਼ਨਸ ਸਾਨੂੰ ਦਿੱਤੇ ਗਏ ਨੇ ਇਹਦਾ கரெક્ટ ਆਨਸਰ ਹੋਏਗਾ ইরাਕ অপਸ਼ਨ ਨੰਬਰ 2 ਹੋਏਗਾ ਜੇ ਤੁਹਾਨੂੰ ਪੁੱਛਿਆ ਜਾਵੇ ਕਿ ইরাਕ ਦੀ ਰਾਜਧਾਨੀ ਕਿਹੜੀ ਹੈ ਤਾਂ ਤੁਸੀਂ ਇਹਦਾ ਆਨਸਰ ਦੇ ਸਕਦੇ ਹੋ ਬਗਦਾਦ ਕੀ ਹੈ ਬਗਦਾਦ ਇਹਦੀ ਕੈਪੀਟਲ ਹੈ ਔਰ ਖਾਸ ਤੌਰ ਤੇ ਅਗਰ ਕਰੰਸੀ ਪੁੱਛੀ ਜਾਵੇ ਤਾਂ ਤੁਸੀਂ ইরাਕੀ ਦਿਨਾਰ ਦੇਣਾ ਹੈ ਨੋਟ ਕਰ ਲਓ ਸਾਰੇ ਸਟੂਡੈਂਟਸ ਸਕਰੀਨਸ਼ਾਟ ਲੈ ਲਿਓ ਕੱਲ ਕਰਦੇ ਇਸ ਤੋਂ ਬਾਅਦ ਕਿ ਆਪਾਂ ਈਰਾਨ ਦੀ ਅਗਰ ਈਰਾਨ ਦੀ ਗੱਲ ਕਰਦੇ ਈਰਾਨ ਦੀ ਕੈਪੀਟਲ ਹੈ ਤਹਿਰਾਨ ਕਿਹੜੀ ਹੈ ਤਹਿਰਾਨ ਇਹਦੀ ਕੈਪੀਟਲ ਹੈ ਅਤੇ ਤੁਹਾਨੂੰ ਕਰੰਸੀ ਕੀ ਹੈ ਰਿਆਲ ਨੋਟ ਕਰ ਲਿਓ ਸਾਰੇ ਸਟੂਡੈਂਟਸ ਹੈ ਇਸ ਤੋਂ ਬਾਅਦ ਆਉਂਦਾ ਹੈ ਕਿ ਅਲਜੀਰੀਆ ਅਲਜੀਰੀਆ ਦੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋਗੇ ਆਪਾਂ ਗੱਲ ਕਰਦੇ ਹਾਂ ਕਤਰ ਦੀ ਜਿੱਥੇ ਤੁਹਾਨੂੰ ਕਤਰ ਦੀ ਪੁੱਛਿਆ ਜਾਵੇ ਠੀਕ ਹੈ ਕੁਝ ਚੀਜ਼ਾਂ ਮੈਂ ਚਾਹੁੰਦਾ ਕਿ ਸਾਡੇ ਸਾਡੇ ਜਿੰਨੇ ਵੀ ਸਟੂਡੈਂਟਸ ਨੇ ਤੁਸੀਂ ਟਰਾਈ ਕਰੋਗੇ ਪ੍ਰਯਾਸ ਕਰੋਗੇ ਯੂ ਵਿਲ ਗੈਟ ਅ ਗੁੱਡ ਆਨਸਰ ਠੀਕ ਹੈ ਐਂਡ ਅਲਜੀਰੀਆ ਦੀ ਗੱਲ ਕਰਦੇ ਹਾਂ ਤਾਂ ਅਲਜੀਰੀਆ ਦੀ ਕੈਪੀਟਲ ਹੈ ਅਲਜੀਰੀਅਸ ਠੀਕ ਹੈ ਔਰ ਇਥੋਨਿਕ ਕਰੰਸੀ ਹੈਗੀ ਹੈ ਅ ਅਲਜੇਰੀਅਨ ਦਿਨਾਰ ਹੈ ਔਰ ਇਹਦੇ ਨਾਲ ਨਾਲ ਮਿਲਦਾ ਮਿਲਦਾ ਇੱਕ ਹੋਰ ਆਉਂਦਾ ਉਹਨੂੰ ਕਹਿੰਦੇ ਨਾਈਜੀਰੀਆ ਨਾਈਜੀਰੀਆ ਦੀ ਗੱਲ ਕਰਦੇ ਹੁਥੋਂ ਦੀ ਰਾਜਧਾਨੀ ਹੈਗੀ ਹੈ ਅ ਅਬੀ ਅਬੀਜ਼ਾ ਠੀਕ ਹੈ ਅਬੂਜਾ ਜਾਂ ਅਬੀਜ਼ਾ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਔਰ ਇਥੋਨਿਕ ਜੋ ਕਰੰਸੀ ਦੀ ਗੱਲ ਕਰਦੇ ਨਾਇਰਾ ਹੈਗੀ ਹੈ ਸੋ ਥੈਟ ਕਿ ਪਲੀਜ਼ ਛੋਟੇ ਛੋਟੇ ਕੁਐਸਚਨਸ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦੇ ਨੇ ਚਲੋ ਜੀ ਨੈਕਸਟ ਕੁਐਸਚਨ ਦੇਖਾਂਗੇ ਆਪਾਂ ਕੁਐਸਚਨ ਨੰਬਰ ਹੈ ਨੈਕਸਟ ਕੀ ਜਾਣਕਾਰੀ ਪੁੱਛੀ ਜਾ ਰਹੀ ਹੈ ਆਪਣੇ ਤੋਂ ਅਗਲਾ ਕੁਐਸਚਨ ਹੈਗਾ ਕਿ ਇਹਨਾਂ ਚੋਂ ਦੱਸਣਾ ਹੈ ਬਨਾਇਆ ਗਿਆ ਹੈ ਪੈਰਾਓਲੰਪਿਕ ਕਮੇਟੀ ਆਫ ਇੰਡੀਆ ਪੈਰਾ ਜੋ ਪੈਰਾਓਲੰਪਿਕ ਕਮੇਟੀ ਆਫ ਇੰਡੀਆ ਦੋਸਤੋ ਪੰਜ অপਸ਼ਨਸ ਤੁਹਾਨੂੰ ਗਿਵਨ ਨੇ கரੈਕਟ ਆਨਸਰ ਇਹਦਾ ਕੀ ਹੋ ਸਕਦਾ ਦੀਪਾ ਮਾਲਿਕ ਬਿਲਕੁਲ ਰਾਈਟ ਆਨਸਰ ਹੋਏਗਾ ਦੀਪਾ ਮਾਲਿਕ ਨੂੰ ਹਾਲੇ ਦੇ ਵਿੱਚ ਅਪੁਆਇੰਟਮੈਂਟ ਦਿੱਤਾ ਗਿਆ ਸੀਗਾ ਭਾਰਤ ਦੀ ਲੋਨ ਔਮਨ ਪੈਰਾਓਲੰਪਿਕ ਮੈਡਲਿਸਟ ਦੀਪਾ ਮਾਲਿਕ ਨੇ ਉਰੇ ਹਰਿਆਣਾ ਸੂਬੇ ਤੋਂ ਬਿਲੋਂਗ ਕਰਦੇ ਨੇ ਇਹਨਾਂ ਨੂੰ ਇਲੈਕਟ ਕੀਤਾ ਗਿਆ ਪ੍ਰੈਜ਼ੀਡੈਂਟ ਆਫ ਪੈਰਾਲੰਪਿਕ ਕਮੇਟੀ ਆਫ ਇੰਡੀਆ ਠੀਕ ਹੈ ਐਂਡ ਹੀ ਵਾਸ ਦਾ ਸਕੈਸਸਰ ਆਫ ਐਕਟਿੰਗ ਇੰਟਰਿਮ ਪ੍ਰੈਜ਼ੀਡੈਂਟ ਆਫ ਗੁਰਸਰਨ ਸਿੰਘ ਗੁਰਸਰਨ ਸਿੰਘ ਦੇ ਐਕਟਿੰਗ ਇਹਨਾਂ ਨੂੰ ਬਣਾਇਆ ਗਿਆ ਚਲੋ ਜੀ ਨੈਕਸਟ ਕੁਐਸਚਨ ਦੇਖਾਂਗੇ ਆਪਾਂ ਪੂਰੀ ਜਾਣਕਾਰੀ ਤੁਹਾਨੂੰ ਡਿਟੇਲ ਵਾਈਜ਼ ਸਮਝਾਵਾਂਗਾ ਸੈਸ਼ਨ ਸ਼ੇਅਰ ਕਰਦੇ ਚਲੋ ਇਨਾਂ ਚੋਂ ਕਿਹੜੀ ਕੰਪਨੀ ਹੈ ਚੂਜ਼ ਕੀਤਾ ਮੋਸਟ ਪ੍ਰੋਮਿਸਿੰਗ ਬ੍ਰਾਂਡ 골ਡ ਕੈਟੇਗਰੀ 2019 ਸੱਤਵਾਂ ਇਨ ਦੀ ਐਕਸੀਲੈਂਸ ਅਵਾਰਡ ਦੇ ਵਿੱਚ ਰਹੀ ਹੈ ਨਿਊ ਦਿੱਲੀ ਦੇ ਵਿੱਚ ਇਹਨਾਂ ਦਾ ਆਰਗੇਨਾਈਜੇਸ਼ਨ ਹੋਇਆ ਸੀਗਾ ਐਸੋਸੀਏਟਿਡ ਚੈਂਬਰਸ ਆਫ ਕਮਰਸ ਐਂਡ ਇੰਡਸਟਰੀ ਆਫ ਇੰਡੀਆ ਠੀਕ ਹੈ ਪੰਜ অপਸ਼ਨ ਤੁਹਾਨੂੰ 기ਵਨ ਹੈ ਦੱਸਣਾ ਹੈ ਕਰੈਕਟ ਆਨਸਰ ਕੀ ਹੈ ਤਾਂ ਅਮੁਲਿਆ ਮਿੱਕਾ ਬਿਲਕੁਲ ਅਮੁਲਿਆ ਮਿੱਕਾ ਯਾਦ ਰੱਖਿਓ ਜੀ ਅਮੁਲਿਆ ਮਿੱਕਾ ਬਿਲਕੁਲ ਕਰੈਕਟ ਆਨਸਰ ਹੈ ਅਮੁਲਿਆ ਮਿੱਕਾ ਜਿਹਨੂੰ ਕਿ ਖਾਸ ਤੌਰ ਤੇ ਆਪਾਂ ਇੱਕ ਛੋਟੇ ਜਿਹੇ ਨਾਮ ਨਾਲ ਜਾਣਦੇ ਹਾਂ ਪੁਰਵਾਂਚਲ ਪੁਰਵਾਂਚਲ ਲਮੀਨੇਟਸ ਪ੍ਰਾਈਵੇਟ ਲਿਮਟਿਡ ਸਪੀਅਰ ਹੈੱਡਡ ਇਟਸ ਮੈਨੇਜਿੰਗ ਡਾਇਰੈਕਟਰ ਰਾਕੇਸ਼ ਅਗਰਵਾਲ ਕਰ ਰਹੇ ਨੇ ਔਰ ਮੋਸਟ ਪ੍ਰੋਮੋਸਿੰਗ ਬ੍ਰਾਂਡ ਇਨ ਦਾ ਇਅਰ ਆਫ 2019 ਰਿਹਾ ਹੈ ਜਿਹਨੂੰ ਕਿ ਇੱਕ 골ਡ ਕੈਟੇਗਰੀ ਬਣਾਇਆ ਗਿਆ ਹੈ ਡਿਊਰਿੰਗ ਦਾ ਸਤਵਾਂ ਐਡੀਸ਼ਨ ਹੋਇਆ ਸੀ ਕਾਦਾ ਹੋਇਆ ਸੀਗਾ ਅਵਾਰਡ ਆਫ ਸਮਿਟ ਆਰਗੇਨਾਈਜ਼ ਐਸੋਸੀਏਟਿਡ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਆਫ ਇੰਡੀਆ ਠੀਕ ਹੈ ਇਹ ਬਹੁਤ ਅੱਛਾ ਕੁਐਸਚਨ ਹੈ ਔਰ ਇਹ ਕਿੱਥੇ ਹੋਇਆ ਸੀਗਾ ਇਹ ਬਲਕਿ ਦਿੱਲੀ ਦੇ ਵਿੱਚ ਆਈ ਥਿੰਕ ਕੋਈ ਕੋਈ ਆਰਗੇਨਾਈਜੇਸ਼ਨ ਸੀ ਉਹਨਾਂ ਨੇ ਕੰਡਕਟ ਕੀਤਾ ਸੀ ਐਗਜੈਕਟ ਮੈਨੂੰ ਯਾਦ ਨਹੀਂ ਹੈ ਚਲੋ ਅਗਲਾ ਕੁਐਸਚਨ ਆਪਾਂ ਦੇਖਾਂਗੇ ਅਕੋਰਡਿੰਗ ਟੂ ਦਾ ਰੀਸੈਂਟਲੀ ਜੋ ਰਿਲੀਜ਼ ਕੀਤੀ ਗਈ ਸੀਗੀ ਕਾਉਂਟਰਪੁਆਇੰਟ ਰਿਸਰਚ ਮਾਰਕੀਟਿੰਗ ਮੋਨੀਟਰ ਸਰਵਿਸ ਰਿਪੋਰਟ ਦੇ ਦੁਆਰਾ ਰੈਂਕ ਆਫ ਭਾਰਤੀ ਦੱਸਣਾ ਕਿ ਸਮਾਰਟਫੋਨ ਮਾਰਕੀਟ ਆਫ ਵਰਲਡ ਦੇ ਵਿੱਚ ਕਿਹੜੀ ਰਹੀ ਹੈ ਠੀਕ ਹੈ ਤੇ ਦੱਸਣਾ ਚਾਹਾਂਗਾ ਦੂਜੀ ਪੋਜੀਸ਼ਨ ਰਹੀ ਹੈ ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋਗੇ ਕਿ ਫਰਸਟ ਪੋਜੀਸ਼ਨ ਤੇ ਕਿਨੇ ਸਟੈਂਡ ਕੀਤਾ ਹੈ ਭਾਰਤੀ ਤੇ ਦੂਜੀ ਪੋਜੀਸ਼ਨ ਰਹੀ ਹੈ ਫਰਸਟ ਪੋਜੀਸ਼ਨ ਕਿਨੇ ਕੀਤੀ ਹੈ ਤਾਂ ਦੋਸਤੋ ਬਹੁਤ ਅੱਛਾ ਕੁਐਸਚਨ ਹੋਏਗਾ so that ਮੈਂ ਚਲ ਤੁਹਾਡੀ ਹੈਲਪ ਕਰ ਦਾਂਗਾ ਅ ਚਲੋ ਮੈਂ ਇਦਾਂ ਕਰਦਾ ਮੈਂ i want from you please you tell me right in the comment box ਠੀਕ ਹੈ 올 ਰਾਈਟ ਚਲਿਏ ਨੈਕਸਟ ਕੁਐਸਚਨ ਹੈ 36th ਕੁਐਸਚਨ ਹੋਇਆ ਨੈਸ਼ਨਲ ਗੇਮਸ ਗੋਇੰਗ ਟੂ ਦਾ ਹੈਲਡ ਇਨ ਪੰਜੀ ਗੋਆ ਠੀਕ ਹੈ ਨੈਸ਼ਨਲ ਗੇਮਸ ਦਾ 36 36ਵਾਂ ਐਡੀਸ਼ਨ ਹੋਇਆ ਇਹ 20 ਅਕਤੂਬਰ ਦੋ ਮਾਫ ਕਰਨਾ ਜੀ ਨਾ 20 ਅਕਤੂਬਰ 20 ਤੋਂ 2 4 ਨਵੰਬਰ ਤਕਰੀਬਨ 20 ਤੋਂ 20 ਦੇ ਵਿੱਚ ਹੋਣਾ ਹੈ हो जाए द स्टेट बर्ड ऑफ गोवा इज ऑफिशलीवेंट विच स्टेट बर्ड ऑफ गोवा अच्छा क्वेश्चन है तो तुम्हारा मैं बिलकुल बिना किसी टाइम वेस्ट किए करेक्ट आंसर दसना चाहवा फ्लेम एंड थ्रोट बुलबुल 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 ठीक है तो बुलबुल गोवा ਬੁਲਬੁਲ ਵੇਖਣ ਗੋਆ ਜਾਣਾ ਸੋ ਥੈਟ ਪਹਿਲੀ ਗੱਲ ਤਾਂ ਤੁਹਾਨੂੰ ਇਹ ਪੁੱਛਿਆ ਜਾ ਸਕਦਾ ਹੈ ਕਿ ਜੋ ਨੈਸ਼ਨਲ ਗੇਮਸ ਹੈ ਕਿੱਥੇ ਹੋ ਰਹੇ ਨੇ ਤਾਂ ਇਹ ਗੋਆ ਦੇ ਵਿੱਚ ਹੋ ਰਹੇ ਨੇ ਕਿੰਨਾ ਐਡੀਸ਼ਨ ਹੈ 36ਵਾਂ ਐਡੀਸ਼ਨ ਹੈ ਕਿਦੋਂ ਹੋਣ ਜਾ ਰਹੇ ਨੇ ਅਕਤੂਬਰ 2020 ਤੋਂ ਲੈ ਕੇ ਨਵੰਬਰ 2020 ਦੇ ਵਿੱਚ ਠੀਕ ਹੈ ਤੀਜਾ ਚੀਜ਼ ਪੁੱਛੀ ਜਾ ਸਕਦੀ ਹੈ ਕਿ ਆਫੀਸ਼ੀਅਲ ਮਸਕਟ ਜੋ ਇਹਨਾਂ ਦਾ ਬਰਡ ਹੈ ਉਹਦਾ ਨਾਮ ਦੱਸੋ ਤਾਂ ਬੁਲਬੁਲ ਹੈ ਸ਼ਾਰਟ ਨਾਮ ਤੁਸੀਂ ਯਾਦ ਰੱਖ ਸਕਦੇ ਹੋ एग्जाम ਚ ਪੁੱਛਿਆ ਜਾ ਸਕਦਾ ਹੈ ਬਹੁਤ ਅੱਛਾ ਕੁਸ਼ਚਨ ਹੋਏਗਾ ਲਗਭਗ ਇਹਦੇ ਚ 37 ਸਪੋਰਟਸ ਇਵੈਂਟ ਹੋਣਗੇ ਔਰ ਅਕ੍ਰੋਸ 24 ਵੈਨਿਊਜ਼ ਹੋਣਗੇ ਠੀਕ ਹੈ ਔਰ 37ਵਾਂ ਐਡੀਸ਼ਨ ਹੋਏਗਾ ਉਹ 36 ਗੜ ਚ ਹੋਏਗਾ ਇਹ ਵੀ ਤੁਸੀਂ ਨੋਟ ਕਰ ਲਿਓ 37ਵਾਂ ਐਡੀਸ਼ਨ ਹੋਏਗਾ ਉਹ 36 ਗੜ ਦੇ ਵਿੱਚ ਹੋਣਾ ਹੈ ਠੀਕ ਹੈ ਚਲੋ ਜੀ ਫਟਾਫਟ ਅਗਲਾ ਕੁਸ਼ਚਨ ਦੇਖਾਂਗੇ ਕੁਸ਼ਚਨ ਨੰਬਰ 13ਵਾਂ ਥੀਮ ਦਸਨੀ ਹੈ ਵਰਲਡ ਵੈਟਲੈਂਡ ਡੇ 2020 ਵੈਟਲੈਂਡਸ ਐਂਡ ਬਾਇਓਡਾਈਵਰਸਿਟੀ ਦਾ ਵਰਲਡ ਵੈਟਲੈਂਡ ਡੇ ਐਵਰੀ ইয়ার ਵਾਸ অবজারਵਡ ਔਨ ਕਿਹੜੇ ਸਾਲ ਮਨਾਇ ਬਲਕਿ ਕਿਹੜੀ ਤਰੀਕ ਨੂੰ ਹੈ ਤਾਂ ਫਰਵਰੀ 2 ਹੈ ਯਾਦ ਰੱਖਣਾ ਹੋਏਗਾ 2 ਫਰਵਰੀ एग्जाम ਤੇ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਤਾਂ অপਸ਼ਨ ਨੰਬਰ 2 ਬਿਲਕੁਲ கரੈਕਟ ਆਨਸਰ ਰਹੇਗਾ ਡਬਲਯੂ ਡੀ ਦਾ ਮਤਲਬ ਵਰਲਡ ਵੈਟਲੈਂਡ ਡੇ 2 ਫਰਵਰੀ ਨੂੰ ਇਹ ਸੈਲੀਬ੍ਰੇਟ ਕੀਤਾ ਜਾਂਦਾ ਹੈ ਤਾਂ ਇਹਦੀ ਜੋ ਥੀਮ ਹੈਗੀ ਹੈ ਵੈਟਲੈਂਡਸ ਐਂਡ ਬਾਇਓਡਾਈਵਰਸਿਟੀ ਚਲੋ ਕੁਐਸਚਨ ਨੰਬਰ ਹੈ ਨੈਕਸਟ ਲਿਖਾਂਗੇ ਆਪਾਂ ਨੈਕਸਟ ਕੁਐਸਚਨ ਦੀ ਕੀ ਜਾਣਕਾਰੀ ਤੁਹਾਨੂੰ ਦੇ ਰખી ਹੈ ਕੁਐਸਚਨ ਨੰਬਰ ਨੈਕਸਟ ਹੈ ਦ ਇੰਡੀਆਜ਼ బిਗੇਸਟ ਰੂਰਲ ਟੈਕਨੋ ਟੈਕਨੀਕਲ ਫੈਸਟੀਵਲ ਠੀਕ ਹੈ ਉਹਦਾ ਨਾਮ ਇੱਥੇ 기ਵਨ ਹੈ ਐਂਡ ਥੀਮ ਇਜ਼ ਟੂ ਸਪੋਰਟ ਐਂਡ ਅਨਕਰੇਜ ਰੂਰਲ ਟੈਕਨੋਲੋਜੀ ਇਨੋਵੇਟਰਸ ਐਂਡ ਹੈਲਡ ਵਿਚ ਆਫ ਦਾ ਸਟੇਟ ਕਿਹੜੇ ਸਟੇਟ ਦੇ ਵਿੱਚ ਹੋਣ ਜਾ ਰਿਹਾ ਤੇ ਪੰਜ ਆਪਸ਼ਨ ਤੁਹਾਨੂੰ 기ਵਨ ਨੇ ਤੇ ਇਹਦਾ ਸਹੀ ਆਨਸਰ ਹੋਏਗਾ तेलंगाना ऑप्शन नंबर 3 बिल्कुल करेक्ट आंसर है दोस्तों ਤੁਸੀਂ ਕੋਈ ਵੀ ਐਗਜ਼ਾਮ ਦੇਣ ਜਾ ਰਹੇ ਹੋ ਤਾਂ ਇਸ ਤੋਂ ਪਹਿਲਾਂ ਗਿਲਜ ਮੈਂਟਰ ਦੇ ਸਾਰੇ ਲੈਕਚਰਸ ਦੇਖ ਕੇ ਚਲੇ ਜਾਓ 100% ਐਕਿਉਰਿਟੀ ਨਾਲ ਅਸੀਂ ਪ੍ਰੈਪਰੇਸ਼ਨ ਕਰਵਾਈ ਸੀਗੀ ਪੀਐਸ ਪੀਸੀਐਲ ਚ ਔਰ ਜਿੱਦਾਂ ਹੀ ਰਿਜ਼ਲਟ ਆਏਗਾ ਤਾਂ ਹਜ਼ਾਰਾਂ ਸਟੂਡੈਂਟਸ ਤੁਹਾਨੂੰ ਇਹ ਚੀਜ਼ ਬਿਲਕੁਲ ਖੁਦ ਦੱਸਣਗੇ ਕਿ ਅਸੀਂ ਕਿੱਥਾਂ ਕਿੰਨੀ ਅੱਛੀ ਤਿਆਰੀ ਕੀਤੀ ਕਿੰਨੀ ਸਾਨੂੰ ਹੈਲਪ ਮਿਲੀ ਇਹ ਚੀਜ਼ਾਂ ਸਾਨੂੰ ਐਕਸਪਲੇਨ ਕਰਨ ਦੀ ਜ਼ਰੂਰਤ ਨਹੀਂ ਪੈਗੀ ਚਲੋ ਨੈਕਸਟ ਕੁਐਸਚਨ ਦੇਖਾਂਗੇ ਆਪਾਂ ਉਸ ਤੋਂ ਪਹਿਲਾਂ ਦੱਸਣਾ ਚਾਹਾਂਗਾ ਕਿ ਇਹ ਇੱਕ ਕੁਐਸਚਨ ਦਾ ਪਰਟੀਕੂਲ ਜੋ ਟੈਕਨੀਕਲ ਫੈਸਟੀਵਲ ਸੀਗਾ ਟੈਕਨੀਕਲ ਫੈਸਟੀਵਲ ਸੀਗਾ ਤੁਸੀਂ ਰੱਖਣਾ ਕਿ ਅੰਤਾ ਪ੍ਰਾਂਗਿਆ 2020 ਇਹ ਰਾਜੀਵ ਗਾਂਧੀ ਯੂਨੀਵਰਸਿਟੀ ਆਫ ਨੋਲੇਜ ਟੈਕਨੋਲੋਜੀ ਜੋ ਕਿ ਬਸਰ ਦੇ ਬਸਰ ਵਿਖੇ ਹੋਈ ਸੀ ਨਿਰਮਲ ਡਿਸਟ੍ਰਿਕਟ ਤੇਲੰਗਾਨਾ ਦੇ ਵਿੱਚ ਠੀਕ ਹੈ ਇਹ ਫੈਸਟੀਵਲ ਇਨੋਗਰੇਟਡ ਕੀਤਾ ਗਿਆ ਸੀਗਾ ਐਮ ਪ੍ਰਸ਼ੰਤੀ ਡਿਸਟ੍ਰਿਕਟ ਕਲੈਕਟਰ ਆਫ ਨਿਰਮਲ ਤੇਲੰਗਾਨਾ ਦੁਆਰਾ ਕੀਤਾ ਗਿਆ ਸੀਗਾ ਤੇ ਐਗਜ਼ਾਮ ਚ ਪੁੱਛਿਆ ਜਾ ਸਕਦਾ ਹੈ ਇਹ 3 ਦਿਨਾਂ ਦਾ ਰਿਹਾ ਸੀ ਫੈਸਟੀਵਲ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 15 ਹੈ ਵਿਚ ਕੰਟਰੀ ਹੈਜ਼ ਐ ਡਿਕਲੇਅਰਡ ਦਾ ਲੋਕਟਸ ਐਂਡ ਨੈਸ਼ਨਲ ਐਮਰਜੈਂਸੀ ਆਫਟਰ ਦਾ ਵਰਲਡ ਇਨੋਵੇਸ਼ਨ ਆਫ ਦਾ ਲੋਕਟਸ ਐਂਡ ਕੌਜ਼ਿੰਗ ਮੇਜਰ ਡੈਮੇਜ ਆਫ ਦਾ ਕ੍ਰੌਪ ਐਡੀਸ਼ਨਲ ਆਫ ਐਡੀਸ਼ਨਸ ਆਫ ਪਾਕਿਸਤਾਨ ਇੰਡੀਆ ਹੈ ਅਫਗਾਨਿਸਤਾਨ ਹੈ ਸੋਮਾਲੀਆ ਹੈ ਅਰਜੈਂਟੀਨਾ ਤੋਂ ਸੋਮਾਲੀਆ ਬਿਲਕੁਲ ਕਰੈਕਟ ਆਨਸਰ ਆ ਜਾਏਗਾ ਐਗਜ਼ਾਮ 'ਚ ਤੁਹਾਨੂੰ ਪੁੱਛਿਆ ਜਾ ਸਕਦਾ ਹੁਣ ਤੁਸੀਂ ਇੰਜ ਕਰਨਾ ਹੈ ਕਿ ਜਿਨਨੇ ਵੀ ਇਹ ਚਾਰ ਸੂਬੇ ਚਾਰ ਕੰਟਰੀਜ਼ ਨੇ ਅਫਗਾਨਿਸਤਾਨ ਸੋਮਾਲੀਆ ਯੂਗਾਂਡਾ ਐਂਡ ਰਵਾਂਡਾ ਇਹਨਾਂ ਦੀ ਕੈਪੀਟਲ ਐਂਡ ਕਰੰਸੀ ਜ਼ਰੂਰ ਲਿਖਿਓ ਤਾਂਕਿ ਬਿਹਤਰ ਤਰੀਕੇ ਨਾਲ ਅਸੀਂ ਸਾਰੀ ਜਾਣਕਾਰੀ ਜਾਣ ਸਕੀਏ ਚਲਿਏ ਨੈਕਸਟ ਕੁਐਸਚਨ ਦੇਖਾਂਗੇ ਕੁਐਸਚਨ ਨੰਬਰ ਹੈ 16 ਅਲਬਿਨ ਅਲਬਿਨ ਕੁਰਤੀ ਰਿਪਲੇਸਿੰਗ ਦਾ ਰੂਮਸ ਐਂਡ ਹਰਾਦੀ ਨਾਜ਼ ਅਪੋਇੰਟਡ ਐਜ਼ ਦਾ ਪ੍ਰਾਈਮ ਮਿਨਿਸਟਰ ਆਫ ਵਿਚ ਕੰਟਰੀ ਕਿਹੜੀ ਕੰਟਰੀ ਦੇ ਵਿੱਚ ਇਹਨਾਂ ਨੂੰ ਅਪੋਇੰਟਮੈਂਟ ਦੇਣ ਜਾ ਰਹੇ ਨੇ ਜਾਂ ਅਪੋਇੰਟਮੈਂਟ ਹੋਣ ਜਾ ਰਿਹਾ ਦੱਸਣਾ ਚਾਹਾਂਗਾ ਇਹਦਾ ਸਹੀ ਆਨਸਰ ਹੈਗਾ ਆ ਪੰਜ ਆਪਸ਼ਨਸ ਤੁਹਾਨੂੰ 기ਵਨ ਨੇ ਕਰੈਕਟ ਆਨਸਰ ਹੋਏਗਾ ਕੋਸੋਵੋ Kosovo. Kosovo ਬਿਲਕੁਲ ਕਰੈਕਟ ਆਨਸਰ ਹੋਏਗਾ ਰੂਬਲ ਲੀਡਰ ਹੈ ਜੋ ਇਹਨਾਂ ਦੇ ਅਲਬਿਨ ਕੁਰਤੀ 44 ਸਾਲ ਦੇ ਨੇ ਇਹਨਾਂ ਨੂੰ ਅਪਾਇੰਟਮੈਂਟ ਅਪਾਇੰਟਮੈਂਟ ਕੀਤਾ ਜਾ ਰਿਹਾ ਹੈ ਯਾਨੀ ਚੌਥਾ ਪ੍ਰਾਈਮ ਮਿਨਿਸਟਰ ਹੋਏਗਾ ਹੈ ਰਿਪਬਲਿਕ ਆਫ ਕੋਸੋਵੋ ਠੀਕ ਹੈ ਚਲਿਏ ਨੈਕਸਟ ਕੁਐਸਚਨ ਹੈਗਾ ਯਾ ਕੁਐਸਚਨ ਨੰਬਰ ਦੇਖਾਂਗੇ ਆਪਾਂ 17ਵਾਂ Who was invited by the Indian Olympic Association to be goodwill ambassador of ਟੀਮ ਇੰਡੀਆ ਐਟ ਏ ਟੋਕਿਓ 올림픽 2020 ਸਭ ਤੋਂ ਪਹਿਲਾ ਸਵਾਲ ਆਉਂਦਾ ਹੈ ਕੀ 올림픽 ਕਿੱਥੇ ਹੋਣ ਜਾ ਰਿਹਾ ਹੈ ਤਾਂ ਟੋਕਿਓ ਟੋਕਿਓ ਯਾਨੀ ਜਾਪਾਨ ਦੇ ਵਿੱਚ ਹੈ ਲਗਭਗ ਕਿਦੋਂ ਦੀ ਗੱਲ ਹੈ ਜੁਲਾਈ 24 ਤੋਂ ਲੈ ਕੇ ਅਗਸਤ 9 2020 ਦੇ ਵਿੱਚ ਹੈ ਹੁਣ ਸਵਾਲ ਆਉਂਦਾ ਹੈ ਕਿ ਇਹ ਗੁੱਡਵਿਲ ਐਮਬੈਸਡਰ ਕਿਸ ਨੂੰ ਬਣਾਉਣ ਜਾ ਰਹੇ ਨੇ ਤੇ ਇਹਦੀ ਜਾਣਕਾਰੀ ਵੀ ਤੁਹਾਨੂੰ ਮੈਂ ਕਮੈਂਟ ਕਰਕੇ ਜਰੂਰ ਦੱਸਾਂਗਾ ਲੇਕਿਨ ਉਸ ਤੋਂ ਪਹਿਲਾਂ ਆਪਸ਼ਨਸ ਦੇਖਾਂਗੇ ਲੇਕਿਨ ਇੱਥੇ ਹੀ ਪਤਾ ਲੱਗ ਜਾਣਾ ਸੌਰਵ ਗਾਂਗੁਲੀ ਜੀ ਸੌਰਵ ਗਾਂਗੁਲੀ ਇਸ ਟਾਈਮ ਦਾ ਪ੍ਰੈਜ਼ੀਡੈਂਟ ਆਫ ਪੀਸੀਸੀਆਈ ਹੈ ਐਂਡ ਫਾਰਮਰ ਕੈਪਟਨ ਆਫ ਇੰਡੀਅਨ ਕ੍ਰਿਕਟ ਟੀਮ ਠੀਕ ਹੈ ਔਰ ਦੱਸਣਾ ਚਾਹਾਂਗਾ ਬੰਗਾਲ ਦਾਦਾ ਦੇ ਨਾਮ ਤੋਂ ਔਰ ਜਿਹਨੂੰ ਆਪਾਂ ਇੰਡੀਅਨ 올림픽 ਐਸੋਸੀਏਸ਼ਨ ਹੈ ਇਹਨਾਂ ਨੇ ਇਨਵਾਈਟ ਕੀਤਾ ਹੈ ਬੀਸੀਸੀਆਈ ਪ੍ਰੈਜ਼ੀਡੈਂਟ ਸੌਰਵ ਗਾਂਗੁਲੀ ਨੂੰ ਟੂ ਬੀਕਮ ਅ ਗੁੱਡਵਿਲ ਐਮਬੈਸਡਰ ਆਫ ਇੰਡੀਅਨ ਦਾ ਕੌਂਟੀਜੈਂਟ ਇਨ ਦਾ ਟੋਕੀਓ 올림픽ਸ 2020 ਲਈ ਠੀਕ ਹੈ ਚਲੋ ਨੈਕਸਟ ਕੁਐਸਚਨ ਦੇਖਾਂਗੇ ਕੁਐਸਚਨ ਨੰਬਰ 18ਵਾਂ ਹੈ ਹੂ ਹੈਜ਼ ਵਨ ਦਾ ਬੈਂਕਰ ਮੈਗਜ਼ੀਨ ਸੈਂਟਰਲ ਬੈਂਕਰ ਆਫ ਦਾ ਇਅਰ 2020 ਏਸ਼ੀਆ ਪੈਸੀਫਿਕ ਠੀਕ ਹੈ ਤਾਂ ਬੈਂਕਰ ਮੈਗਜ਼ੀਨ ਦੇ ਤੌਰ ਤੇ ਦੱਸਣਾ ਚਾਹਾਂਗਾ ਕਰੈਕਟ ਆਨਸਰ ਇਹਦਾ ਕੀ ਆਏਗਾ ਇਸ ਵਕਤ ਆਰਬੀ ਦੇ ਗਵਰਨਰ ਨੇ ਸ਼ਕਤੀਕੰਦ ਦਾਸ ਇਹਨਾਂ ਨੂੰ ਇਹਨ ਠੀਕ ਹੈ ਤਾਂ ਸੈਂਟਰਲ ਬੈਂਕਰ ਆਫ ਦਾ ਇਅਰ 2020 ਲਈ ਸ਼ਕਤੀਕੰਦ ਦਾਸ ਨੂੰ ਨੋਮੀਨੇਟ ਕੀਤਾ ਗਿਆ ਵਾ ਚਲੋઈએ ਨੈਕਸਟ ਕੁਐਸਚਨ ਆਪਾਂ ਦੇਖਾਂਗੇ ਕੁਐਸਚਨ ਨੰਬਰ 19ਵਾਂ ਗਵਰਨਮੈਂਟ ਹੈਜ਼ ਕਨਸਟੀਟਿਊਟਡ ਅ ਟਾਸਕ ਫੋਰਸ ਵਿਦ ਦਾ ਗਰੁੱਪ ਆਫ ਮਿਨਿਸਟਰਸ ਦਾ ਮੋਨਿਟਰ ਆਫ ਦਾ ਨੋਵਲ ਕੋਰਨੋ ਕੋਰਨੋਵਰਸ ਜਿਹੜਾ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ ਨਾ ਇਹਦੇ ਸਬੰਧ ਚ ਹੈ ਤੇ ਇਹਦੇ ਹੈੱਡ ਅਤੇ ਚੇਅਰਮੈਨ ਕੌਣ ਟਾਸਕ ਨੂੰ ਕਰ ਰਿਹਾ ਤਾਂ ਦੱਸਣਾ ਚਾਹਾਂਗਾ ਹਰਸ਼ਵਰਧਨ ਸਿੰਘ ਠੀਕ ਹੈ ਸਾਡੇ ਦੇਸ਼ ਦੇ ਕੌਣ ਨੇ ਇਹ ਤੁਹਾਨੂੰ ਪਤਾ ਹੋਵੇਗਾ ਹੈਲਥ ਮਨਿਸਟਰ ਨੇ ਹਰਸ਼ਵਰਧਨ ਸਿੰਘ ਬਿਲਕੁਲ கரੈਕਟ ਆਨਸਰ ਹੈ ਜੋ ਕਿ ਦਿੱਲੀ ਦੇ ਚਾਂਦਨੀ ਚੌਕ ਤੋਂ ਇਹ ਇਹਨਾਂ ਦੀ ਕੰਸਟੀਟੂਐਂਸੀ ਹੈਗੀ ਆ ਕੁਐਸਚਨ ਨੰਬਰ ਬੀ ਮਾਂ ਦੇਖਾਂਗੇ ਵਰਲਡ ਕੈਂਸਰ ਡੇ ਆਰਗੇਨਾਈਜ਼ਡ ਬਾਈ ਦਾ ਯੂਨੀਅਨ ਇੰਟਰਨੈਸ਼ਨਲ ਕੈਂਸਰ ਕੰਟਰੋਲ ਆਬਜਰਡ ਏਵਰੀ ਈਅਰ ਔਨ ਦਾ ਫਰਵਰੀ 4 ਥੀਮ ਦੱਸਣੀ ਇਹਦੀ ਕੀ ਹੋਏਗੀ ਤਾਂ ਥੀਮ ਇਹਦੀ ਹੈਗੀ ਆ ਆਈ ਐਮ ਐਂਡ ਆਈ ਵਿਲ ਠੀਕ ਹੈ অপਸ਼ਨ ਨੰਬਰ ਦੂਜਾ ਬਿਲਕੁਲ கரੈਕਟ ਆਨਸਰ ਹੈ ਤਾਂ ਆਈ ਐਮ ਐਂਡ ਆਈ ਵਿਲ ਬਿਲਕੁਲ ਰਾਈਟ ਆਨਸਰ ਹੋਏਗਾ ਸਿੰਪਲ ਜਿਹਾ ਕੁਐਸਚਨ ਹੈ ਔਰ ਮੈਂ ਥੋੜਾ ਜਿਹਾ ਸਪੀਡ ਨਾਲ ਕਰਾਵਾਂਗਾ ਕਿਉਂਕਿ ਆਪਾਂ ਮੈਕਸਿਮਮ ਤੋਂ ਮੈਕਸਿਮਮ ਕੁਐਸਚਨਸ ਕਵਰ ਕਰਨੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਵਰਲਡ ਕੈਂਸਰ ਡੇ ਉਹ ਹੀ ਇਹਦੀ ਗੱਲ ਕਰਦੇ ਆ ਆਰਗੇਨਾਈਜ਼ ਕੀਤਾ ਜਾਂਦਾ ਹੈ ਯੂਨੀਅਨ ਆਫ ਇੰਟਰਨੈਸ਼ਨਲ ਕੈਂਸਰ ਕੰਟਰੋਲ ਜਿਹਨੂੰ ਆਪਾਂ ਕੀ ਕਹਿੰਦੇ ਆ ਜਿਹਨੂੰ ਆਪਾਂ UICC ਕਹਿੰਦੇ ਆ ਇਹਦਾ ਹੈੱਡਕੁਆਰਟਰ ਕਿੱਥੇ ਹੈ ਨੋਟ ਕਰੋ ਸਾਰੇ ਸਟੂਡੈਂਟਸ ਇਹਦਾ ਹੈੱਡਕੁਆਰਟਰ ਕਿੱਥ ਠੀਕ ਹੈ ਜਨੀਵਾ ਕਿੱਥੇ ਹੈ 스위스ਰਲੈਂਡ ਦੇ ਵਿੱਚ ਹੈ ਔਰ ਹਰ ਸਾਲ 4 ਫਰਵਰੀ ਨੂੰ ਇਹਦੇ ਰੇਜ਼ ਅਵੇਅਰਨੈਸ ਜੋ ਅਨਕਰੀਸ ਕੈਂਸਰ ਦੇ ਸਬੰਧ ਵਿੱਚ ਕੀਤੀ ਜਾਂਦੀ ਹੈ ਉਹਦੇ ਸਬੰਧ ਵਿੱਚ ਜਾਣਕਾਰੀ ਫੈਲਾਈ ਜਾਂਦੀ ਹੈ ਦੱਸਣਾ ਚਾਹਾਂਗਾ ਕਿ 2000 ਇਹਦੇ ਵਿੱਚ ਕੰਡੀਸ਼ਨ ਦੇ ਰੱਖੀ ਹੈ ਕਿ 19 ਤੋਂ 21 ਤੱਕ ਦੀ ਜੋ ਥੀਮ ਰੱਖੀ ਗਈ ਸੀ ਆਈ ਐਮ ਐਂਡ ਆਈ ਵਿਲ ਬਿਲਕੁਲ ਦਾ ਹਾਈਲਾਈਟਡ ਸੀਗੀ ਠੀਕ ਹੈ ਚਲੋ ਜੀ ਨੈਕਸਟ ਕੁਐਸਚਨ ਦੇਖ ਲਾਂਗੇ ਕੁਐਸਚਨ ਨੰਬਰ 21ਵਾਂ 21ਵੇਂ ਕੁਐਸਚਨ ਚ ਹੈ ਇਹਨਾਂ ਚੋਂ ਕਿਹੜਾ ਸਟੇਟ ਤੇ ਯੂਟੀ ਗਵਰਨਮੈਂਟ ਨੇ ਲਾਂਚ ਕੀਤਾ ਹੈ ਜਨ ਸੇਵਕ स्कीम है ठीक है ये प्रोवाइड करेगी डिलीवरी टू गवर्नमेंट सर्विसेज एट द डोर स्टेप बिटवीन द 8 एएम टू 8 पीएम ठीक है लगभग इसका चार्ज ₹115 सर्विस का होएगा ਤੁਹਾਨੂੰ ਮੈਂ ਹੁਣ ਇਸ ਤੋਂ ਪਹਿਲਾਂ ਡੋਰ ਸਟੈਪ ਦੀ ਪੂਰੀ ਜਾਣਕਾਰੀ ਦੱਸੀ ਸੀਗੀ ਜੋ ਕਿ ਗਵਰਨਮੈਂਟ ਆਫ ਦਿੱਲੀ ਯਾਨੀ ਅਰਵਿੰਦ ਕੇਜਰੀਵਾਲ ਦੀ ਗਵਰਨਮੈਂਟ ਨੇ ਸ਼ੁਰੂ ਕੀਤਾ ਆ ਔਰ ਉਸ ਨੂੰ ਫੋਲੋ ਕਰ ਰਹੇ ਨੇ ਸਾਰੀਆਂ ਸਟੇਟਸ ਲਗਭਗ ਕਿਤੇ ਨਾ ਕਿਤੇ ਹਿੰਦੁਸਤਾਨ ਦੇ ਵਿੱਚ ਇੱਕ ਨਵੇਂ ਪ੍ਰਕਾਰ ਦੀ ਰਾਜਨੀਤੀ ਸ਼ੁਰੂ ਹੋ ਚੁੱਕੀ ਹੈ ਇਸ ਤੋਂ ਪਹਿਲਾਂ ਸਾਨੂੰ ਰਾਜਨੀਤੀ ਪਾਰਟੀਆਂ ਨੇ ਬੁੱਧੂ ਹੀ ਬਣਾਇਆ ਹੈ ਤੇ ਇਹਦਾ ਜੋ ਸਹੀ ਆਨਸਰ ਹੋਏਗਾ ਉਹ ਹੋਏਗਾ ਕਰਨਾਟਕਾ ਕਰਨਾਟਕਾ ਬੀਜੇਪੀ ਦੀ ਗਵਰਨਮੈਂਟ ਔਰ ਜਿੱਥੇ ਬੀਜੇਪੀ ਨੇ ਅਪੋਜ਼ ਕਰਦੀ ਸੀ ਉੱਥੇ ਬੀਜੇਪੀ ਗਵਰਨਮੈਂਟ ਹੀ ਇਹਨੂੰ ਇੰਪਲੀਮੈਂਟ ਕਰਨ ਦੀ ਸਕੀਮ ਲਾ ਰਹੀ ਹੈ ਯਾਨੀ ਦਿੱਲੀ ਦੇ ਵਿੱਚ ਇਹਦਾ ਨਾਮ ਜੋ ਡੂਰਸਟੈਪ ਰੱਖਿਆ ਗਿਆ ਬਟ ਇਹਨਾਂ ਨੇ ਨਾਮ ਬਦਲ ਕੇ ਇਹਦਾ ਜਨ ਸੇਵਕ ਸਕੀਮ ਰੱਖਿਆ ਹੈ ਤਕਰੀਬਨ ਇਹ ਸਵੇਰੇ 8 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ ਲਾਗੂ ਰਹੇਗੀ ਔਰ ਇਹਦਾ 115 ਰੁਪਏ ਚਾਰਜ ਇਹ ਕਰਨ ਜਾ ਰਹੇ ਨੇ ਖਾਸ ਤੌਰ ਤੇ ਯਾਦ ਰੱਖਣਾ ਹੋਏਗਾ ਜਦੂ ਰੁੱਪਾ ਉੱਥੋਂ ਨੇ ਕੌਣ ਨੇ ਵਾਈ ਜਦੂ ਰੁੱਪਾ ਇੱਥੋਂ ਦੇ ਸੀਐਮ ਨੇ ਔਰ ਜਾਂ ਪ੍ਰਕਾਰ ਦੀਆਂ ਸਰਵਿਸਿਜ਼ ਇਹ ਦੇਣ ਦੀ ਗੱਲ ਰੱਖੀ ਗਈ ਹੈ ਨੈਕਸਟ ਕੁਐਸਚਨ ਦੇਖਾਂਗੇ ਨੈਕਸਟ ਕੁਐਸਚਨ ਹੈ ਵਿਚ ਕੰਟਰੀ ਹੈਜ਼ ਐਂਡਡਡ ਦਾ ਫਰੀ ਐਂਟਰੀ ਟੂ ਇੰਡੀਅਨ ਟੂਰਿਸਟਸ ਐਂਡ ਡਿਸਾਈਡਡ ਟੂ ਇੰਪਲੀਮੈਂਟ ਦਾ ਡੇਲੀ ਫੀਸ ਲਗਭਗ 1200 ਰੁਪਏ ਰੀਜਨਲ ਟੂਰਿਸਟ ਫੋਰ ਇੰਡੀਆ ਫਰੋਂ ਜੁਲਾਈ 2020 ਮਤਲਬ ਕਿ ਇਹੋ ਜੀ ਕਿਹੜਾ ਦੇਸ਼ ਹੈ ਜਿਸਨੇ ਐਂਡ ਬਿਲਕੁਲ ਮੈਂ ਕਹਾਂਗਾ ਕਿ ਫ੍ਰੀ ਐਂਟਰੀ ਐਂਡੇਡ ਹੋਗੀ ਇੰਡੀਅਨ ਟੂਰਿਸਟ ਵਾਸਤੇ ਕੀਤਾ ਗਿਆ ਹੈ ਡਿਸਾਈਡ ਕੀਤਾ ਹੈ ਕਿ ਇੰਪਲੀਮੈਂਟ ਡੇਲੀ ਲਗਭਗ 1200 ਰੁਪਏ ਹੋਏਗਾ ਰੀਜਨਲ ਟੂਰਿਸਟ ਆਫ ਓ ਫ੍ਰੋਮ ਇੰਡੀਆ ਫ੍ਰੋਮ ਜੁਲਾਈ 2020 ਤੋਂ ਗੱਲ ਹੈ ਤਾਂ ਦੋਸਤੋ ਇਹਦਾ ਜੋ ਆਨਸਰ ਹੈ ਭੂਟਾਨ ਬਿਲਕੁਲ ਕਰੈਕਟ ਆਨਸਰ ਹੋਏਗਾ ਜਿੱਥੋਂ ਦੀ ਕੈਪੀਟਲ ਕੀ ਹੈ ਥਿੰਪੂ ਹੈ ਯਾਦ ਰੱਖਣਾ ਹੋਏਗਾ ਔਰ SSC ਇਗਜ਼ਾਮ ਜੋ CGL ਚੱਲ ਰਹੇ ਨੇ 3 ਤਰੀਕ 3 ਤਰੀਕ ਦੀ ਸ਼ਿਫਟ ਹੋਈ ਸੀ ਉਹਦੇ ਚ ਪੁੱਛਿਆ ਗਿਆ ਸੀ ਭੂਟਾਨ ਦੇ ਅ ਭੂਟਾਨ ਦੇ PM ਕੌਣ ਹੈ ਠੀਕ ਹੈ ਤੁਸੀਂ ਕਮੈਂਟ ਕਰਕੇ ਦੱਸਣਾ ਮੈਨੂੰ ਕਿ ਸਹੀ ਆਨਸਰ ਕੀ ਹੋਏਗਾ ਗਵਰਨਮੈਂਟ ਆਫ ਬੁਟਾਨ ਦੀ ਜੋ ਕੈਪੀਟਲ ਹੈ ਥਿੰਪੂ ਹੈ ਉਹਨਾਂ ਨੇ ਡਿਸਾਈਡ ਕੀਤਾ ਹੈ ਕੀ ਡਿਸਾਈਡ ਕੀਤਾ ਹੈ ਕਿ ਲਗਭਗ 1200 ਰੁਪਏ ਪਹਿਲੇ ਡੇਲੀ ਵੇਜਸ ਦੇ ਤੌਰ ਤੇ ਤਕਰੀਬਨ $17 ਦੀ ਗੱਲ ਹੋ ਰਹੀ ਹੈ ਠੀਕ ਹੈ $17 ਦੀ ਗੱਲ ਹੋ ਰਹੀ ਹੈ ਰੀਜਨਲ ਟੂਰਿਸਟ ਫਰੋਮ ਇੰਡੀਆ ਹੋਏਗਾ ਐਂਡ ਮਾਲਦੀਬ ਬੰਗਲਾਦੇਸ਼ ਜੁਲਾਈ 2020 ਤੋਂ ਹੈ ਤਾਂ ਸਸਟੇਨੇਬਲ ਡਵੈਲਪਮੈਂਟ ਫੀਸ ਹੋਏਗੀ ਤੁਸੀਂ ਉੱਥੇ ਟੂਰਿਜ਼ਮ ਜੋ ਵੀ ਜਾਏਗਾ ਉਹਦੇ ਲਈ ਸਬੰਧਿਤ ਹੋਏਗਾ ਠੀਕ ਹੈ ਚਲੋ नेक्स्ट क्वेश्चन देखेंगे क्वेश्चन नंबर तेई है टू गिव द प्रोटेक्शन एंड डिपोजिटर्स द रिजर्व बैंक ऑफ इंडिया हैज़ इनक्रीज द इंश्योरेंस कवर ऑन बैंक डिपोजिट्स फ्रॉम वन लेक टू किन्ने लख तक हो गया तो पांच लख तक हो गया जिन्हें भी डिपोजिटर्स ने इन दैक द्वारा जो लोन देता माफ़ करना जरा इंश्योरेंस दिता जाता है उससे संबंध में चलिए नैक्सट क्वेश्चन देखा क्वेश्चन नंबर है चौथा है चौवीवा है अकॉर्डिंग टू द लेटेस्ट डाटा बाई द नैशनल पेमेंट कारपोरेन ऑफ इंडिया number of transactions in the next question hai according to the latest data by the national payment corporation of india number of transactions by the volume bharat interface for money jinu aap bhim kenne hai app january 2020 tak so that bahut acha question hai exams ehoji question thonu definitely puchhe ja sakde ne dasna hai ki kinna ida exact amount hoega ठीक है 160 करोड़ है या 178 करोड़ है 185 करोड़ है या 167 करोड़ है तो गिव योर करेक्ट आंसर वेरी गुड बहुत अच्छे है एंड सेशन शेयर करते चलिए ताकि वर्गे हज़ारा स्टूडेंट्स जो कि पढ़ना चाहते हैं वो सही समय से सही सैशन में पढ़ के अपना बल्कि प्रिपरेशन uh, और अच्छी कर सकन तो ऑप्शन नंबर थ्री बिल्कुल करैक्ट आंसर होएगा सो आई विल चूज ऑप्शन नंबर थ्री वन पॉइंट एट्टी फाइव करोड़ रुपए है अकॉर्डिंग टू द लेटेस्ट डाटा बाई द एन पी सी आई मतलब नैशनल पेमेंट्स कारपोरेशन ऑफ इंडिया इन्होंने क्या कि कम्स अगेंस्ट द डू बैक बैक बैकड्रॉप ऑफ द डिशीजन मेड बाय द गवमेंट ऑफ एनकरेजिंग डिजिटल पेमेंट भीम ऐप रजिस्टर्ड ऑल टाइम हाई वोल्यूम ट्रांजेक्शन है तकरीबन तकरीबन वन पॉइंट एट्टी फाइव करो ट्रांजेक्शन हुई ने जनवरी भी सौ भी तक ठीक है चलिए नैक्सट क्वेश्चन देखा क्वेश्चन नंबर ट्वेंटी फाइव नेक्स्ट क्वेश्चन है कि कैबिनेट गिव्स इन प्रिंसिपल अप्रूव टू सिटिंग अप ए न्यू पोर्टल जो कि जिहदा नाम दे रखे है कि वधवन ठीक है वधवन एंड वर्थ एट ए कॉस्ट लगभग है सिक्सटी फाइव थाउजेंड फाइव हंड्रेड फोर्टी फोर पॉइंट फाइव करोड़ रुपया इन विच इंडियन स्टेट वी हैव ए फाइव ऑप्शन सो इट्स राइट आंसर विल बी ऑप्शन नंबर फोर महाराष्ट्र महाराष्ट्र बिल्कुल करेक्ट आंसर होएगा बल्कि मेजर फोर्ट ए ए वंदना नियर ए धानु इन महाराष्ट्र कोस्ट लगभग ये दे रखी है 65550 करोड़ 0.5 करोड़ रुपया का दे बस्ती हो गए पोर्ट नु डेवलप करना है लैंड लोड मॉडल बनावन वास्ते है ठीक है चलिए नेक्स्ट क्वेश्चन देखांगे क्वेश्चन नंबर 26 वी हैव अ 26 नंबर एज पर द फाइनेंस मिनिस्ट्री द नंबर ऑफ बैंक अकाउंट्स ओपन अंडर द प्रधानमंत्री जनधन योजना ਟਿਲ ਜਨਵਰੀ 2020 ਇਜ਼ ਯਾ ਆਰ ਮਤਲਬ ਕਿ ਫਾਈਨੈਂਸ ਮਿਨਿਸਟਰ ਦੇ ਅਕੋਰਡਿੰਗ ਐਸ ਪਰ ਦਾ ਫਾਈਨੈਂਸ ਮਿਨਿਸਟਰ ਬਾਈ ਦਾ ਨੰਬਰ ਆਫ ਬੈਂਕਿੰਗ ਅਕਾਊਂਟ ਓਪਨ ਮਤਲਬ ਕਿ ਬੈਂਕਸ ਅਕਾਊਂਟ ਜੋ ਓਪਨ ਹੋਏ ਨੇ ਜਨ ਧਨ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਲਗਭਗ ਕਿੰਨੇ ਅਕਾਊਂਟ ਓਪਨ ਹੋ ਚੁੱਕੇ ਨੇ ਤਾਂ ਲੇਟੈਸਟ ਗਵਰਨਮੈਂਟ ਦੇ ਡਾਟਾ ਦੇ ਮੁਤਾਬਿਕ ਆਪਸ਼ਨ ਨੰਬਰ 4 ਬਿਲਕੁਲ ਰਾਈਟ ਹੋਏਗਾ 38 ਕਰੋੜ ਅਕਾਊਂਟਸ ਓਪਨ ਹੋ ਚੁੱਕੇ ਨੇ ਠੀਕ ਹੈ ਟਿਲ ਜਨਵਰੀ 2020 ਤੱਕ ਦਾ ਡਾਟਾ ਹੈਗਾ ਠੀਕ ਹੈ ਚਲਿਏ ਇਸ ਸਕੀਮ ਦੇ ਤਹਿਤ ਕੀ ਹੈਗਾ ਕਿ ਮਤਲਬ ਲਗਭਗ ਮੈਕਸਿਮਮ ਮਤਲਬ ਜ਼ੀਰੋ ਬੈਲੈਂਸ ਤੇ ਹੀ ਅਕਾਊਂਟ ਓਪਨ ਹੋਏਗਾ ਔਰ ਖਾਸ ਤੌਰ ਤੇ ਵਿਮਨ ਦੇ ਲਈ ਹੈ ਤਾਂ ਕਿ ਉਹਨਾਂ ਨੂੰ ਡਾਇਰੈਕਟ ਜੋ ਸਕੀਮਸ ਨੇ ਗਵਰਨਮੈਂਟ ਦੀਆਂ ਜਾ ਸਕਣ ਔਰ ਰੋਬਰ ਡਰਾਫਟ ਇਸੇ ਅਕਾਊਂਟ ਚ ਕਰ ਸਕਦੀਆਂ ਨੇ ਦਾ ਕਰੰਟ ਰਿਜ਼ਰਵ ਜੋ ਰੇਪੋਰਟ ਹੈ ਦੱਸਣਾ ਹੈ ਕਿ RR ਕਿੰਨੀ ਹੈ ਸਾਡੀ ਤਾਂ ਦੋਸਤੋ 2020 ਫਰਵਰੀ ਤੱਕ ਜੋ ਕਰੈਕਟ ਆਨਸਰ ਹੋਏਗਾ ਉਹ ਹੋਏਗਾ 4.90 ਆਪਸ਼ਨ ਨੰਬਰ ਦੂਜਾ ਬਿਲਕੁਲ ਕਰੈਕਟ ਆਨਸਰ ਹੈ so that this is a very good choice answer ਚਲੋ ਨੈਕਸਟ ਕੁਐਸਚਨ ਦੇਖਾਂਗੇ ਆਪਾਂ ਔਰ ਮੈਂ ਤੁਹਾਨੂੰ ਜਾਣਕਾਰੀ ਇੱਥੇ ਵੀ ਦੇਣਾ ਚਾਹਾਂਗਾ ਕਿ ਜੋ ਸਾਡੀ ਰਿਜ਼ਰਵ ਰੇਪੋ ਹੈ ਉਹ 4.90 ਹੈ ਔਰ ਬੈਂਕ ਰੇਟ ਕਿੰਨਾ ਹੈ 5.40% ਹੈ ਔਰ ਮਾਰਜਨਲ ਸਟੈਂਡਿੰਗ ਜੋ ਜਿਹਨੂੰ ਆਪਾਂ MSF ਕਹਿੰਦੇ ਹੋ 5.40 ਹੈ ਠੀਕ ਹੈ ਇਹ ਵੀ ਤੁਹਾਨੂੰ ਯਾਦ ਰੱਖਣਾ ਹੋਏਗਾ ਨੈਕਸਟ ਕੁਐਸਚਨ ਦੇਖਾਂਗੇ ਕੁਐਸਚਨ ਨੰਬਰ ਹੈ 27 28 ਐਜ ਪਰ ਦਾ ਪੈਰੀਡਿਕ ਲੇਬਰ ਫੋਰਸ ਸਰਵੇ ਅਤੇ ਕੰਡਕਟਡ ਬਾਈ ਦਾ ਮਿਨਿਸਟਰੀ ਆਫ ਦਾ ਸਟੈਟਿਸਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨਸ ਦਾ ਰੇਸ਼ੀਓ ਆਫ ਲੇਬਰ ਫੋਰਸ ਐਂਡ ਪਾਰਟਿਸਪੇਸ਼ਨਸ ਇਜ਼ 36.9% ਐਂਡ ਅਨਇਮਪਲੋਇਮੈਂਟ ਰੇਟ ਇਨ ਇੰਡੀਆ 2017 18 ਕਿੰਨਾ ਸੀਗਾ 2017 18 ਦੇ ਵਿੱਚ 6. ਲਗਭਗ ਆਪਸ਼ਨ ਸੀਗਾ 6.1 ਸੀਗਾ ਔਰ ਐਸ ਪਰ ਦਾ ਲੇਟੈਸਟ ਜਾਣਕਾਰੀ ਦੇ ਮੁਤਾਬਿਕ ਇਹ ਕਿਦਾਂ ਹੋ ਚੁੱਕਿਆ ਲੇਬਰ ਜੋ ਪਾਰਟਿਸਪੇਸ਼ਨਸ ਹੈ ਇਹ 36.9% ਹੋ ਚੁੱਕਿਆ ਠੀਕ ਹੈ ਚਲੋ ਨੈਕਸਟ ਕੁਐਸਚਨ ਦੇਖਾਂਗੇ 29th ਕੁਐਸਚਨ ਨੰਬਰ ਹੈ अकॉर्डिंग टू द रिजर्व बैंक ऑफ इंडिया द एस्टिमेट Gross Domestic Product प्रोडक्ट यानी जी डी पी फाइन ईयर ट्वेंटी ट्वेंटी इज किस परसेंट का रखा गया तो ऑप्शन नंबर आप कह स फोर्थ बिल्कुल करैक्ट आंसर होगा बहुत अच्छा क्वेश्चन है चलिए नैक्सट क्वेश्चन देखा As per the celebrity brand, as per the celebrity brand evolution report 2019 released by the Duff and Filts, and who has retained the top position and third consecutive year with the value of Doso. 37.5 ਮਿਲੀਅਨ ਡਾਲਰ ਇਨ 2019 ਤਾਂ ਇਹਨਾਂ ਦਾ ਸਹੀ ਆਨਸਰ ਜੋ ਹੋਏਗਾ ਵਿਰਾਟ ਕੋਹਲੀ ਹੋਏਗਾ ਬਿਲਕੁਲ ਕਰੈਕਟ ਆਨਸਰ ਹੈ ਲਗਾਤਾਰ ਤੀਜੇ ਸਾਲ ਇਹਨਾਂ ਨੇ ਸਟੈਂਡ ਕੀਤਾ ਹੈ ਤੋ ਇਹ ਕੁਐਸਚਨ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਡਫ ਐਂਡ ਜੋ ਫੈਲਸ ਦੀ ਪਬਲਿਸ਼ ਨਹੀਂ ਕੀਤਾ ਜਾਂ ਸੈਲੀਬ੍ਰਿਟੀ ਬ੍ਰਾਂਡ ਇਵੋਲੂਸ਼ਨ ਰਿਪੋਰਟ 2019 ਤਾਂ ਇਹਦਾ ਕਰੈਕਟ ਆਨਸਰ ਹੋਏਗਾ ਕੈਪਟਨ ਵਿਰਾਟ ਕੋਹਲੀ ਬਿਲਕੁਲ ਕਰੈਕਟ ਆਨਸਰ ਹੋਏਗਾ ਨੈਕਸਟ ਕੁਐਸਚਨ ਦੇਖਾਂਗੇ ਵਾਟ ਇਜ਼ ਇੰਡੀਆਜ਼ ਰੈਂਕ ਇਨ Eighth edition of Intellectual Property Index, name Art of the Possible, released by the Chamber of Commerce and Global Innovation Policy Center. ਤੇਦਾ ਸਹੀ ਆਨਸਰ ਕੀ ਹੋਏਗਾ கரੈਕਟ ਆਨਸਰ ਹੋਏਗਾ 40 ਆਪਸ਼ਨ ਨੰਬਰ ਤੀਜਾ ਬਿਲਕੁਲ ਰਾਈਟ ਆਨਸਰ ਹੈ கரੈਕਟ ਆਨਸਰ ਥਰਡ ਆਪਸ਼ਨ ਨੰਬਰ 40 ਬਿਲਕੁਲ கரੈਕਟ ਆਨਸਰ ਹੋਏਗਾ ਦੋਸਤੋ ਦੱਸਣਾ ਚਾਹਾਂਗਾ ਕਿ ਇੰਡੀਆ ਚ ਪੋਜੀਸ਼ਨ 40 ਹੈ ਇਹਨਾਂ ਕੰਪੈਰੀਸ਼ਨ ਆ 36 ਪੋਜੀਸ਼ਨ ਆਊਟ ਆਫ 50 ਕੰਟਰੀਜ਼ 2019 ਸੀਗਾ ਸੋ ਥੈਟ ਇਹ ਤੁਹਾਡੇ ਕੋਲੇ ਲੇਟੈਸਟ 2040 2020 ਦਾ ਮਾਫ ਕਰਨਾ ਜੇਰਾ ਮੈਂ 2040 ਕਹਤੋ 2020 ਦਾ 40 ਬਣ ਰਿਹਾ ਹੈਗਾ ਔਰ 36 ਆਊਟ ਆਫ 50 ਦੇ ਵਿੱਚ 2019 ਸੀਗਾ ਠੀਕ ਹੈ ਐਂਡ ਅਮੰਗ ਦਾ ਏਸ਼ੀਆ ਇੰਡੀਆਜ਼ ਰੈਂਕ 4ਥ ਹੈ ਟਾਪਡ ਬਾਈ ਆਸਟ੍ਰੇਲੀਆ ਹੈ ਐਂਡ ਫਾਲੋਡ ਬਾਈ ਦਾ ਬਰੂਨੀਆ ਸੈਕੰਡ ਐਂਡ ਚਾਈਨਾ 3rd ਰੈਂਕ ਹੈ ਠੀਕ ਹੈ ਚਲੋ ਨੈਕਸਟ ਕੁਐਸਚਨ ਹੈ 32 32ਵਾਂ ਕੁਐਸਚਨ ਤੁਹਾਨੂੰ ਦੇ ਰੱਖਿਆ ਵਾ ਇਹ ਦੇ ਰੱਖਿਆ ਕਿ ਕ੍ਰਿਕ ਡੌਗਲਸ ਐਂਡ ਹੂ ਪਾਸ ਅਵੇ ਰੀਸੈਂਟਲੀ ਜੋ ਜਿਨ੍ਹਾਂ ਦੀ ਹਾਲੀ ਦੇ ਵਿੱਚ ਡੈਥ ਹੋ ਚੁੱਕੀ ਹੈ ਤਾਂ ਇਹਨਾਂ ਦੱਸਣਾ ਹੈ ਕਿ ਕੌਣ ਸੀਗੇ ਇਹ ਹਾਲੀਵੁੱਡ ਐਕਟਰ ਸੀਗੇ ਦੋਸਤੋ ਯਾਦ ਰੱਖਣਾ ਹੈ ਹਾਲੀਵੁੱਡ ਐਕਟਰ ਠੀਕ ਹੈ ਐਗਜ਼ਾਮ 'ਚ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਕਿਰਕ ਹੈ ਕਿਰਕ ਜੋ ਡੌਗਲਸ ਡੌਗਲਸ ਜੋ ਜਿਨ੍ਹਾਂ ਦਾ ਬਰਥ 1916 ਦੇ ਵਿੱਚ ਹੋਇਆ ਸੀ ਐਮਸਟਰਡਮ ਦੇ ਵਿੱਚ ਯੂਐਸ ਦੇ ਵਿੱਚ ਔਰ ਇਹਨਾਂ ਦੀ ਹਾਲੀ ਦੇ ਵਿੱਚ ਡੈਥ ਹੋ ਚੁੱਕੀ ਐਕਟਰ ਪ੍ਰੋਡਿਊਸਰ ਐਕਟਰ ਐਂਡ ਅਦਰ ਜੋ ਪਾਸਟ ਅਵੇ 103 ਅਨਾਉਂਸਡ ਬਾਈ ਹਿਸ son in the michael doggles ਨੇ ਉਹਨਾਂ ਦੇ ਪੁੱਤਰ ਨੇ ਜਿਹੜਾ ਠੀਕ ਹੈ ਉਹਨਾਂ ਨੇ ਦੱਸਿਆ ਸੀਗਾ ਇਹਨਾਂ ਦੇ ਬਾਰੇ ਪੂਰੀ ਡਿਟੇਲ ਚਲੋ ਨੈਕਸਟ ਕੁਐਸਚਨ ਹੈਗਾ ਯਾ ਵੇਅਰ ਇਜ਼ ਇੰਡੀਆਜ਼ ਫਰਸਟ ਐਵਰ ਗਲਾਸ ਫਲੋਰ ਬ੍ਰੀਜ਼ ਰਿਪਲੇਸਿੰਗ ਦਾ आइकॉनिक सस्पेंशन ब्रिज लक्ष्मण झूला तो दोस्तों पांच ऑप्शन थानू दे रखी है तो रखिए करैक्ट आंसर होएगा उत्तराखंड बिल्कुल राइट आंसर होएगा उत्तराखंड बिल्कुल करैक्ट चॉइस होएगी उत्तराखंड गवर्नमेंट ने क्लीयर किया है डिज़ाइन ऑफ द ग्लास फ्लोर सस्पेंशन ब्रिज़ फर्स्ट ऑफ इट्स काइंड इन कंट्री टू तो बिल्ड ए करोस गंगा रिवर ऋषिकेश उत्तराखंड एज द रिप्लेस ब आईकॉनिक लक्ष्मण झूला ठीक है तो भी तुम याद रखना होएगा एग्जाम इग्जाम पूछा जा सकता है बहुत ही सिंपल जहा क्वेश्चन है बल्कि चलिए ਨੈਕਸਟ ਕੁਐਸਚਨ ਹੈ ਵਿਚ ਇੰਡੀਅਨ ਸਿਟੀ ਰੀਸੀਵ ਦਾ ਯੂਨੈਸਕੋ ਵਰਲਡ ਹੈਰੀਟੇਜ ਸਿਟੀ ਸਰਟੀਫਿਕੇਟ ਡਿਊਰਿੰਗ ਦਾ ਵਿజిਟ ਆਫ ਜਨਰਲ ਆਂਡਰੇ ਆਜ਼ੋਲੀ ਡਾਇਰੈਕਟੋਰੇਟ ਜਨਰਲ ਆਫ ਯੂਨੈਸਕੋ ਵਿజిਟ ਆਫ ਇੰਡੀਆ ਫੈਬਰੂਰੀ 2019 ਪਹਿਲਾ ਕੁਐਸਚਨ ਇੱਥੋਂ ਹੀ ਬਣਦਾ ਹੈ ਕਿ ਯੂਨੈਸਕੋ ਦਾ ਹੈੱਡ ਕੁਆਰਟਰ ਕਿੱਥੇ ਹੈ ਕਮੈਂਟ ਜ਼ਰੂਰ ਦੱਸਣਾ ਹੈ ਇਹਨਾਂ ਦੇ ਦੂਸਰਾ ਕੁਐਸਚਨ ਬਣ ਸਕਦਾ ਹੈ ਕਿ ਜਨਰਲ ਡਾਇਰੈਕਟਰ ਕੌਣ ਨੇ ਤਾਂ ਤੁਸੀਂ ਨਾਮ ਦੇ ਸਕਦੇ ਹੋ ਕਿ ਆਂਡਰੇ ਅਜ਼ਲੇ ਨੇ ਇਹ ਡਾਇਰੈਕਟੋਰੇਟ ਜਨਰਲ ਨੇ ਠੀਕ ਹੈ ਥਰਡ ਕੁਐਸਚਨ ਇਹ ਬਣ ਸਕਦਾ ਹੈ ਕਿ ਇੰਡੀਆ ਦੇ ਵਿੱਚ ਕਦੋਂ ਵਿజిਟ ਕੀਤਾ ਹੈ ਤਾਂ ਫਰਵਰੀ 2020 ਦੇ ਵਿੱਚ ਵਿజిਟ ਕੀਤਾ ਆ ਹੁਣ ਇਹਨਾਂ ਨੇ ਇਹ ਗੱਲ ਕਿਹਾ ਹੈ ਕਿ ਵਿਚ ਇੰਡੀਅਨ ਸਿਟੀ ਰੀਸੀਵ ਕਿਹੜੀ ਸਿਟੀ ਨੇ ਭਾਰਤ ਦੀ ਲੇਟੈਸਟ ਸਿਟੀ ਹੈ ਜਿਹਨੂੰ ਯੂਨੈਸਕੋ ਵਰਲਡ ਹੈਰੀਟੇਜ ਸਿਟੀ ਦਾ ਸਰਟੀਫਿਕੇਟ ਮਿਲਿਆ ਹੈ ਚੇਨਈ ਹਾਈਦਰਾਬਾਦ ਜੈਪੁਰ ਤਾਂ ਦੋਸਤੋ ਜੈਪੁਰ ਬਿਲਕੁਲ கரੈਕਟ ਆਨਸਰ ਆਏਗਾ ਇੱਕ ਤੁਹਾਨੂੰ ਕੁਐਸਚਨ ਪੁੱਛਣਾ ਚਾਹਵਾਂਗਾ ਜੈਪੁਰ ਦਾ ਅਮੇਰ ਫੋਰਟ ਹੈ ਅਮੇਰ ਫੋਰਟ ਕਿਹੜੇ ਸਾਲ ਦੇ ਵਿੱਚ ਹੈਰੀਟੇਜ ਦੇ ਵਿੱਚ ਲਿਆ ਗਿਆ ਸੀਗਾ ਇਹਦਾ ਵੀ ਤੁਸੀਂ ਆਨਸਰ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਸਕਦੇ ਹੋ ਦੱਸਣਾ ਚਾਹਵਾਂਗਾ ਐਗਜ਼ਾਮ ਦੇ ਪੁਆਇੰਟ ਆਫ ਨਾਲ ਬਹੁਤ ਸਾਰੀਆਂ ਚੀਜ਼ਾਂ ਇੰਪੋਰਟੈਂਟ ਹੁੰਦੀਆਂ ਨੇ ਯੂਨੈਸਕੋ ਦਾ ਹੈੱਡ ਕੁਆਰਟਰ ਤੁਸੀਂ ਕਮੈਂਟ ਕਰਕੇ ਦੱਸੋਗੇ ਜੋ ਕਿ ਡਾਇਰੈਕਟਰ ਨੇ ਇਹਨਾਂ ਦੇ ਅੰਡਰੇ ਆਜ਼ਲੇ ਨੇ ਠੀਕ ਹੈ ਔਰ ਯੂਨੈਸਕੋ ਵਿਜ਼ਿਟਡ ਪਿੰਕ ਸਿਟੀ ਆਫ ਵੋਲਡ ਬਾਈ ਜੈਪੁਰ ਔਰ 2019 ਦੇ ਵਿੱਚ ਇਹਨਾਂ ਨੂੰ ਨਾਮਿਨੇਟ ਕੀਤਾ ਸੀਗਾ ਤੇ 20 ਦੇ ਵਿੱਚ ਸਰਟੀਫਾਈ ਦੇ ਦਿੱਤਾ ਗਿਆ 38 38ਵਾਂ ਵਰਲਡ ਹੈਰੀਟੇਜ ਸਾਈਟ ਇਨ ਇੰਡੀਆ ਬਣ ਚੁੱਕੇ ਨੇ ਇਹ ਵੀ ਤੁਹਾਨੂੰ ਯਾਦ ਰੱਖਣਾ ਹੋਵੇਗਾ एग्जाम ਦੇ ਪੁਆਇੰਟ ਆਫ ਯੂ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਹੈ एग्जाम ਦੇ ਸਬੰਧ ਵਿੱਚ ਇਹ ਜਿਹੇ ਕੁਐਸਚਨ ਤੁਹਾਨੂੰ ਜ਼ਰੂਰ ਪੁੱਛੇ ਜਾਣਗੇ ਕਿਉਂਕਿ ਪੀਐਸਪੀਸੀਲ ਚ ਬਹੁਤੇ ਕੁਐਸਚਨ ਇਹੋ ਜਿਹੇ ਪੁੱਛੇ ਗਏ ਸੀਗੇ ਵਿਚ ਕੰਟਰੀ ਹੈਜ਼ ਅ ਅਨਾਉਂਸ ਦਾ ਅਨਾਉਂਸ ਦਾ ਲਾਂਚ ਮਾਫ ਕਰਨਾ ਲਾਂਚ ਆਫ 27 ਨੇਸ਼ਨ ਰਿਲੀਜੀਅਸ ਫਰੀडम ਅਲਾਈਅੰਸ ਫੋਰ ਦਾ ਪ੍ਰੋਟੈਕਟਿੰਗ ਐਂਡ ਪ੍ਰਜ਼ਰਵਿੰਗ ਦਾ ਰਿਲੀਜੀਅਸ ਫਰੀडम ਕ੍ਰੋਸ ਦਾ ਵਰਲਡ ਇਹਦਾ ਸਹੀ ਆਨਸਰ ਹੋਏਗਾ ਯੂਐਸ ਬਿਲਕੁਲ கரੈਕਟ ਆਨਸਰ ਹੈ ਯੂ ਹੈਵ ਹੇ ਸੀਨ ਹੇਅਰ ਕਿ ਦਾ ਆਪਸ਼ਨ ਨੰਬਰ ਚੌਥਾ ਬਿਲਕੁਲ கரੈਕਟ ਆਨਸਰ ਹੈ ਯੂਐਸ ਨੇ ਲਾਂਚ ਕੀਤਾ ਹੈ 27ਵਾਂ ਨੈਸ਼ਨਲ ਇੰਟਰਨੈਸ਼ਨਲ ਰਿਲੀਜੀਅਸ ਫਰੀडम ਅਲਾਈਅንስ ਠੀਕ ਹੈ ਸਿੰਪਲ ਜਿਹਾ ਕੁਐਸਚਨ ਹੈ ਐਗਜ਼ਾਮ ਚ ਪੁੱਛਿਆ ਜਾ ਸਕਦਾ ਤੁਸੀਂ ਸਿੰਪਲ ਜਿਹਾ ਆਨਸਰ ਦੇ ਸਕਦੇ ਹੋ ਇਸ ਤੋਂ ਇਲਾਵਾ ਪ੍ਰੋਮੀਨੈਂਟ ਕੰਟਰੀ ਦੀ ਗੱਲ ਕਰੀਏ ਤਾਂ ਆਸਟਰੀਆ ਹੈ ਬ੍ਰਾਜ਼ੀਲ ਹੈ ਯੂਨਾਈਟਿਡ ਕਿੰਗਡਮ ਹੈ ਇਜ਼ਰਾਈਲ ਹੈ ਯੂਕਰੇਨ ਹੈ ਨੀਦਰਲੈਂਡ ਹੈ ਐਂਡ ਗ੍ਰੀਸ ਹੈ ਇਹਨਾਂ ਨੇ ਆਲਰੇਡੀ ਇਹ ਕਰ ਚੁੱਕੀਆਂ ਨੇ ਠੀਕ ਹੈ ਚਲੋ ਅਗਲਾ ਕੁਐਸਚਨ ਦੇਖਾਂਗੇ ਔਰ ਤੁਹਾਨੂੰ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਅਮਰੀਕਾ ਦੇ ਯੂਐਸ ਦੇ ਪ੍ਰੈਜ਼ੀਡੈਂਟ ਨੇ ਜਿਨ੍ਹਾਂ ਨੇ ਹਾਲੀ ਦੇ ਵਿੱਚ ਇੰਡੀਆ ਚ ਵਿਜ਼ਿਟ ਕੀਤਾ ਸੀਗਾ ਤਾਂ ਯਾਦ ਰੱਖਣਾ ਹੈ ਕਿ ਇਹਨਾਂ ਦੀ ਜਰਨੀ ਦਾ ਟਾਈਮ ਬਲਕਿ ਤੁਹਾਨੂੰ ਯਾਦ ਰੱਖਣਾ ਪਏਗਾ ਐਂਡ ਆਫਟਰ ਥੈਟ ਗੱਲ ਕਰਦੇ ਹਾਂ ਕਿ ਤੁਹੰਦੇ ਜੋ ਵਾਈਸ ਪ੍ਰੈਜ਼ੀਡੈਂਟ ਨੇ ਮਾਈਕ ਨੈਨਸ ਉਹ ਵੀ ਯਾਦ ਰੱਖਣਾ ਹੋਵੇਗਾ ਯੂਐਸ ਦੇ ਠੀਕ ਹੈ ਕਿਉਂਕਿ ਯੂਐਸ ਦੇ ਸਬੰਧ ਚ ਕੁਐਸਚਨ ਜ਼ਰੂਰ ਬਣ ਜਾਂਦਾ ਔਰ ਇਹਨਾਂ ਨੇ ਕਿਹੜੇ ਕਿਹੜੇ ਸਮਝੌਤੇ ਕੀਤੇ ਨੇ ਅਪਾਚੀ ਜੋ ਕਿ 에어ਕ੍ਰਾਫਟ ਦੀ ਗੱਲ ਹੋ ਰਹੀ ਹੈ ਠੀਕ ਹੈ ਇਹ ਹੀ ਸਾਡੇ ਨਾਲ ਸਮਝੌਤੇ ਹੋਏ ਨੇ ਹੋਰ ਵੀ ਬਹੁਤ ਸਾਰੇ ਨੇ ਤੁਹਾਨੂੰ ਜੋ ਸਾਡੇ ਕਰੰਟ ਸੈਸ਼ਨ ਚ ਰੈਗੂਲਰਲੀ ਅਸੀਂ ਸ਼ੇਅਰ ਕਰਾਂਗੇ ਐਜ਼ ਪਰ ਦਾ ਡੇਟਾ ਰਿਲੀਜ਼ਡ ਬਾਈ ਦਾ ਗਵਰਨਮੈਂਟ ਆਫ ਇੰਡੀਆ 13.62 ਮਿਲੀਅਨ ਇੰਡੀਅਨ ਨੈਸ਼ਨਲਸ ਆਰ ਸਟੇਇੰਗ ਅਬ੍ਰੋਡ ਐਂਡ ਡੈਸ਼ 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 ਰੀਸੀਵ ਦਾ ਇਦੇ ਬਾਰੇ ਤੁਹਾਨੂੰ ਪੁੱਛਿਆ ਗਿਆ April 2018 ਤੋਂ September 2019 ਤੱਕ ਇਹ ਬੈਂਕਿੰਗ ਸਟੈਟਿਸਟਿਕਸ ਕੁਸ਼ਚਨ ਹੈ 118.3 ਤੁਹਾਨੂੰ ਯਾਦ ਰੱਖਣਾ ਹੈ অপਸ਼ਨ ਨੰਬਰ ਪਹਿਲਾ ਬਿਲਕੁਲ கரੈਕਟ ਆਨਸਰ ਹੈ ਨੈਕਸਟ ਕੁਸ਼ਚਨ 1 ਆਫ ਦਾ ਬੈਸਟ ਕੁਸ਼ਚਨ ਹੈ ਵੈਰੀ ਵੈਰੀ ਗੁੱਡ ਕੁਸ਼ਚਨ ਹੈ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਹੈਜ਼ ਪ੍ਰੈਜ਼ెంట్ ਦਾ ਇੰਟਰਨੈਸ਼ਨਲ ਗਾਂਧੀ ਅਵਾਰਡ ਬਾਈ ਦਾ ਲੇਪਰੋਸੀ ਅੰਡਰ ਇੰਡੀਵਿਜੂਅਲ ਕੈਟੇਗਰੀ 2 ਡੈਸ਼ ਇਹਦਾ ਸਹੀ ਆਨਸਰ ਕੀ ਹੋ ਸਕਦਾ ਹੈ ਤਾਂ ਦੋਸਤੋ ਯਾਦ ਰੱਖਣਾ ਹੋਏਗਾ ਐਗਜ਼ਾਮ ਚ ਪੁੱਛਿਆ ਜਾ ਸਕਦਾ ਹੈ ਐਨ ਐਸ ਧਰਮਾ ਸ਼ਕਤੂ ਬਿਲਕੁਲ ਕਰੈਕਟ ਆਨਸਰ ਹੈ ਐਨ ਐਸ ਧਰਮਾ ਸ਼ਕਤੂ ਆਪਸ਼ਨ ਨੰਬਰ ਪਹਿਲਾ ਰਾਈਟ ਆਨਸਰ ਹੋਏਗਾ ਪ੍ਰੈਜ਼ੀਡੈਂਟ ਆਫ ਇੰਡੀਆ ਸ਼੍ਰੀ ਰਾਮਨਾਥ ਕੋਵਿੰਦ ਪ੍ਰੈਜ਼ੈਂਟਡ ਦਾ ਇੰਟਰਨੈਸ਼ਨਲ ਗਾਂਧੀ ਅਵਾਰਡ ਫੋਰ ਠੀਕ ਹੈ ਲੈਪਰੋਸੀ ਟੂ ਡਾਕਟਰ ਐਨ ਐਸ ਧਰਮਾ ਸ਼ਕਤੂ ਅੰਡਰ ਦਾ ਇੰਡੀਅਨ ਨੋਮੀਨੇਸ਼ਨ ਇੰਡੀਵਿਜੂਅਲ ਕੈਟਾਗਰੀ ਐਂਡ ਲੈਪਰੋਜ਼ੀ ਮਿਸ਼ਨ ਟਰਸਟ ਅੰਡਰ ਦਾ ਇੰਸਟੀਟਿਊਸ਼ਨਲ ਕੈਟਾਗਰੀ ਐਟ ਨਿਊ ਦਿੱਲੀ ਇਨ ਇੰਡੀਆ ਵਿਖੇ ਇਹਨਾਂ ਨੂੰ ਪ੍ਰੈਜ਼ੈਂਟ ਕੀਤਾ ਗਿਆ ਸੀ ਯਾਦ ਰੱਖਣਾ ਹੋਏਗਾ ਚਲਿਏ ਅਗਲਾ ਕੁਐਸਚਨ ਕੀ ਕਹਿੰਦਾ ਵਾ ਕਿ 22ਵਾਂ ਐਡੀਸ਼ਨ ਆਫ ਇੰਡੀਅਨ ਇੰਟਰਨੈਸ਼ਨਲ ਸੀ ਫੂਡ ਸ਼ੋ 2020 with the theme of blue revolution and beyond the production of value addition ਤੋ ਦੱਸਣਾ ਹੈ ਦੋਸਤੋ ਇਹਦਾ ਸਹੀ ਆਨਸਰ ਕੀ ਹੋਏਗਾ ਕਿਹੜਾ ਸੂਬਾ ਹੈ ਅਤੇ ਕੋਚੀ ਕੇਰਲਾ ਬਿਲਕੁਲ கரੈਕਟ ਆਨਸਰ ਹੈ ਕੋਚੀ ਕੇਰਲਾ ਹੋਏਗਾ অপਸ਼ਨ ਨੰਬਰ 2 ਹੈ ਕੋਚੀ ਕੇਰਲਾ ਆ ਹੁਣ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਦੱਸੋਗੇ ਕਿ ਕੋਚੀ ਬਲਕਿ ਕੇਰਲਾ ਦੇ ਸੀਐਮ ਕੌਣ ਹੈ ਐਂਡ ਗਵਰਨਰ ਕੌਣ ਹੈ ਬਹੁਤ ਸਿੰਪਲ ਜਿਹਾ ਕੁਐਸਚਨ ਹੈ ਪੀਪਰ ਚ ਤੁਹਾਨੂੰ ਇਹੋ ਜਿਹੇ ਜ਼ਰੂਰ ਕੁਐਸਚਨ ਪੁੱਛੇ ਜਾਣਗੇ ब्लू ਰੈਵਿਊਲੂਸ਼ਨ ਬਿਓਨ ਪ੍ਰੋਡਕਸ਼ਨ ਆਫ ਵੈਲਿਊ ਐਡੀਸ਼ਨ ਐਂਡ ਬਲੂ ਰੈਵਿਊਲੂਸ਼ਨ ਕਿਦੇ ਸਬੰਧ ਚ ਹੈ ਫਿਸ਼ ਦੇ ਸਬੰਧ ਚ ਹੈ ਠੀਕ ਹੈ ਇਹ ਵੀ ਤੁਹਾਨੂੰ ਯਾਦ ਰੱਖਣਾ ਹੋਏਗਾ ਕਿ ਐਗਰੀਕਲਚਰ ਦੀਆਂ ਚੀਜ਼ਾਂ ਵੀ ਤੁਹਾਨੂੰ ਮੈਂ ਸਾਂਝੀਆਂ ਕਰਾਂਗਾ ਚਲੋ ਜੀ ਨੈਕਸਟ ਕੁਐਸਚਨ ਦੇਖਾਂਗੇ ਫਟਾਫਟ ਆਪਾਂ ਕੁਐਸਚਨ ਨੰਬਰ 39 ਹੈ ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ ਅਪਰੂਵਡ ਦਾ ਮਰਜਰ ਆਫ ਟਾਟਾ ਟੈਲੀ ਸਰਵਿਸ ਵਿਦ ਤਾਂ ਕਿਹਦੇ ਨਾਲ ਇਹਨਾਂ ਨੇ ਮਰਜ ਕਰਨ ਦੀ ਗੱਲ ਰੱਖੀ ਹੈ ਤਾਂ ਦੋਸਤੋ ਸਹੀ ਆਨਸਰ ਹੋਏਗਾ ਭਾਰਤੀ 에어ਟੈਲ ਬਿਲਕੁਲ ਕਰੈਕਟ ਆਨਸਰ ਹੈ ਆਪਸ਼ਨ ਨੰਬਰ 2 ਹੈ ਠੀਕ ਹੈ ਭਾਰਤੀ 에어ਟੈਲ ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ ਡਿਪਾਰਟਮੈਂਟ ਆਫ ਮਿਨਿਸਟਰੀ ਐਂਡ ਕਮਿਊਨੀਕੇਸ਼ਨ ਹੈਜ਼ ਅਪਰੂਵ ਕੀਤਾ ਹੈ ਮਰਜਰ ਦਾ ਕੰਜ਼ੂਮਰ ਕੰਜ਼ੂਮਰ ਮੋਬਾਈਲ ਆਪਰੇਸ਼ਨ ਆਫ ਦਾ ਟਾਟਾ ਗਰੁੱਪ ਟਾਟਾ ਟੈਲੀ ਟੈਲੀ ਸਰਵਿਸਿਸ ਮਹਾਰਾਸ਼ਟਰ ਭਾਰਤੀ 에어ਟੈਲ ਲਿਮਿਟਿਡ ਆਲਸੋ ਨੋਨ ਐਜ਼ 에어ਟੈਲ ਇਹਨਾਂ ਨੂੰ ਕਿਹਾ ਜਾਂਦਾ ਹੈ ਠੀਕ ਹੈ ਚਲਿਏ ਚਲੋ ਨੈਕਸਟ ਕੁਐਸਚਨ ਦੇਖਾਂਗੇ ਗਾਇਸ ਬਹੁਤ ਇੰਪੋਰਟੈਂਟ ਕੁਐਸਚਨਸ ਨੇ NASA astronaut who returns february 2020 earth after the record long stay in international space station ਦੇ ਵਿੱਚ ਦੱਸਣਾ ਹੈ ਕਿ ਇਹਦਾ ਸਹੀ ਆਨਸਰ ਕੀ ਹੋਏਗਾ NASA astronaut ਜੋ ਕਿ ਹਾਲੇ ਦੇ ਵਿੱਚ ਰਿਟਰਨ ਕੀਤਾ ਆ ਤਾਂ ਕ੍ਰਿਸਚਨ ਕੋਚ ਬਿਲਕੁਲ கரੈਕਟ ਆਨਸਰ ਹੋਏਗਾ ਕ੍ਰਿਸਚਨ ਯਾਦ ਰੱਖਣਾ ਤੁਸੀਂ ਕ੍ਰਿਸਟਨਾ ਕੋਚ ਕ੍ਰਿਸ਼ਟਨਾ ਕੋਚ ਬਿਲਕੁਲ கரੈਕਟ ਆਨਸਰ ਹੈ NASA ਦੀ ਫੁੱਲ ਫਾਰਮ ਕੀ ਹੈ नेशनल एस्ट्रोनॉट्स एंड स्पेस एडमिनिस्ट्रेशन याद रखना ਹੋਏਗਾ एस्ट्रोनॉट ਦੀ ਗੱਲ ਕਰਦੇ ਹਾਂ ਤਾਂ ਨੰਦਰਾਮ ਕ੍ਰਿਸ਼ਨਾ ਕੋਚ ਲਗਭਗ 41 41 ইয়ার ਦੇ ਨੇ ਔਰ ਇਹ ਯੂএস ਦੇ ਨੇ হু मेड फर्स्ट ऑल फीमेल स्पेस वॉक 2019 لینڈ ਕੀਤਾ ਸੀਗਾ ਇਨ ਕਜ਼ਾਕ ਡੇਜ਼ਰਟ স্টেਪ ਐਂਡ ਕਜ਼ਾਕਸਥਾਨ ਠੀਕ ਹੈ ਇਹਦੇ ਸਬੰਧ ਵਿੱਚ ਤੁਹਾਨੂੰ ਯਾਦ ਰੱਖਣਾ ਹੋਏਗਾ ਔਰ एमएस 13 ਕੈਪਸੂਲ ਦੇ ਜਰੀਏ ਇਹਨਾਂ ਨੇ ਕੀਤਾ ਸੀਗਾ ਠੀਕ ਹੈ ਦੱਸਣਾ ਚਾਹਾਂਗਾ एग्जाम ਚ ਤੁਹਾਨੂੰ ਜ਼ਰੂਰ ਪੁੱਛਿਆ ਜਾ ਸਕਦਾ ਹੈ ਕਿ NASA ਦਾ ਹੈੱਡਕੁਆਰਟਰ ਕਿੱਥੇ ਹੈ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਚਲੋ ਜੀ ਅਗਲਾ ਕੁਐਸਚਨ ਦੇਖਾਂਗੇ ਆਪਾਂ ਨੈਕਸਟ ਕੁਐਸਚਨ ਹੈ ਇਨ ਵਰਲਡ ਬੈਂਕ ਇਸ ਆਫ ਡੂਇੰਗ ਬਿਜ਼ਨਸ ਰਿਪੋਰਟ ਇੰਡੀਆ ਜੰਪਸ ਹਾਊ ਮਨੀ ਪੋਜੀਸ਼ਨ ਫਰੋਮ 2014 ਤੋਂ 19 2014 ਤੋਂ 19 ਭਾਰਤ ਦੀ ਪੋਜੀਸ਼ਨ ਦੱਸਣੀ ਹੈ 79 ਹੈ ਇੰਪੋਰਟੈਂਟ ਕੁਐਸਚਨ ਹੈ ਚਲੋ ਜੀ ਦੱਸਣਾ ਚਾਹਾਂਗਾ ਕਿ ਰਿਪੋਰਟ ਦੇ ਮੁਤਾਬਿਕ ਲਗਭਗ ਇਹ ਡਾਟਾ ਜੋ ਇਹ ਹੀ ਚੀਜ਼ ਸੀਗਾ ਕਿ ਭਾਰਤ ਨੇ 79 ਪੋਜੀਸ਼ਨ ਇਨ ਵਰਲਡ ਵਰਲਡ ਬੈਂਕ ਡੂਇੰਗ ਬਿਜ਼ਨਸ ਰੈਂਕਿੰਗ ਐਂਡ ਇੰਪਰੂਵਿੰਗ ਫਰੋਮ 142 ਇਨ 2014 ਦੇ ਵਿੱਚ ਸੀ ਔਰ 2019 ਦੇ ਵਿੱਚ ਦੀ 63ਵੀਂ ਪੋਜੀਸ਼ਨ ਸੀਗੀ ਠੀਕ ਹੈ ਥੋੜੀ ਜਿਹੀ ਠੀਕ-ਠਾਕ ਹੁਣ ਹੋਈ ਨਹੀਂ ਹੈ ਨੈਕਸਟ ਹੈ ਵਸੀਮ জাফর ਬਿਲੋਂਗ ਟੂ ਵਿਚ ਸਪੋਰਟ ਵਸੀਮ জাফর ਕਿਹੜੇ ਖੇਡ ਤੋਂ ਸਬੰਧਿਤ ਨੇ ਤੇ ਕ੍ਰਿਕਟ ਤੋਂ ਸਬੰਧਿਤ ਨੇ ਇਹ ਵਸੀਮ জাফর ਫੋਰ ਭਾਰਤ ਦੇ ਬਲਕਿ ਭਾਰਤੀ ਇੰਟਰ ਭਾਰਤੀ ਟੀਮ ਚ ਨੈਸ਼ਨਲ ਟੀਮ ਚ ਖੇਡ ਚੁਕੇ ਨੇ ਇਹ ਠੀਕ ਹੈ ਔਰ ਇਹਨਾਂ ਨੇ ਦੱਸਣਾ ਚਾਹਾਂਗਾ ਕਿ ਰਣਜੀਤ ਟਰਾਫੀ ਦੇ ਵਿੱਚ 12000 ਰਨ ਇਹਨਾਂ ਨੇ ਪੂਰੇ ਕੀਤੇ ਨੇ ਦੋਸਤੋ ਇਹ ਵੀ ਇੱਕ ਮੈਂ ਕਹਿ ਸਕਦਾ ਕਿ ਇੱਕ ਅਚੀਵ ਕੀਤਾ ਹੈ ਅਛਾ ਇਹਨਾਂ ਨੇ ਟਾਰਗੇਟ ਹੈ ਔਰ ਬੇਸਿਕਲੀ एग्जाम ਦੇ ਪੁਆਇੰਟ ਵਿੱਚ ਤੁਹਾਨੂੰ ਪੁੱਛੀਆਂ ਚੀਜ਼ਾਂ ਪੁੱਛੀਆਂ ਜਾ ਸਕਦੀਆਂ ਸੋ दैट ए ਕਰੰਟ ਫੈਕਟਸ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਨੇ ਨੈਕਸਟ ਕੁਐਸਚਨ ਹੈ ਇਨ ਵਿਚ ਇਅਰ ਇੰਡੀਆ ਟਾਰਗੇਟ ਟੂ ਅਚੀਵ 100 GW ਗੀਗਾਵਾਟ ਸੋਲਰ ਪਾਵਰ ਤਾਂ ਇਹ ਟਾਰਗੇਟ ਰੱਖਿਆ ਕਦੋਂ ਤੱਕ ਦਾ ਹੈ ਤੇ ਦਸੰਬਰ 2222 ਦਾ ਰੱਖਿਆ ਹੈ ਤਾਂ 2022 ਤੁਹਾਨੂੰ ਯਾਦ ਰੱਖਣਾ ਹੋਏਗਾ ਇਗਜ਼ਾਮ ਚ ਤੁਹਾਨੂੰ ਪੁੱਛਿਆ ਜਾ ਸਕਦਾ ਸੋ ਥੈਟ ਥਿਸ ਇਜ਼ ਅ ਸਿੰਪਲ ਕੁਐਸਚਨ ਅਗਲਾ ਕੁਐਸਚਨ ਹੈ ਵੇਅਰ ਇਜ਼ ਅ ਕੁਮੂ ਪਾਲਪੁਰ ਵਾਈਲਡਲਾਈਫ ਸੈਂਚਰੀ ਵਾਈਲਡਲਾਈਫ ਸੈਂਚਰੀ ਲੋਕੇਟਿਡ ਐਟ ਕਿਹੜੀ ਜਗ੍ਹਾ ਤੇ ਹੈ ਠੀਕ ਹੈ ਤਾਂ ਕੂਨੋ ਯਾਦ ਰੱਖਣਾ ਕੂਨੋ ਕੂਨੋ ਪਾਲਪੁਰ ਕੂਨੋ ਪਾਲਪੁਰ ਤਾਂ ਇਹਦਾ ਮੱਧ ਪ੍ਰਦੇਸ਼ ਰਾਈਟ ਆਨਸਰ ਹੋਏਗਾ ਐਮ ਪੀ ਆਪਸ਼ਨ ਨੰਬਰ 5ਵਾਂ ਮੱਧ ਪ੍ਰਦੇਸ਼ ਹੈ ठीक है नेक्स्ट क्वेश्चन देखा टू बी विच स्टेट है मोपा मोपा तो यह है गोवा गोवा बिल्कुल करेक्ट आंसर है गोवा बिल्कुल राइट चॉइस होएगा रिसेंटली चीफ मिनिस्टर ऑफ गोवा ने अनाउंस किया है ठीक है डुबालिम एंड मोपा एयरपोर्ट विल बी ऑपरेटेड टुगेदर ठीक है चलिए क्रिकेटर बाबर आजम बिलोंग टू तो विच कंट्री बाबर आजम पाकिस्तान तो है बहुत मैं कहना उन्दा प्लेयर ने बहुत शानदार क्रिकेट खेल देने हैं ठीक है सोना भी हैगा मुंडा है जी कोई गल नहीं है ठीक है बिदार एयरपोर्ट लोकेटेड इन विच इंडियन स्टेट बिदार एयरपोर्ट बारे पूछा गया है तो दोस्तों यहाँ आंसर की होएगा सिंपल जहाँ क्वेश्चन है करनाटका बिल्कुल करेक्ट आंसर होएगा ऑप्शन नंबर पहला होएगा राइट आंसर होएगा चलिए चलिए नेक्स्ट क्वेश्चन देखा द टारगेट सेट ऑफ गवर्नमेंट टू गवर्नमेंट ऑफ इंडिया फॉर द डिजिटल ट्रांजेक्शन इन करंट फिजिकल ईयर ट्वेंटी वॉल्यूम इज़ आर लगभग कितना है पहली गल करते हैं बिदार बिदार एयरपोर्ट लोकेटेड ਕਿਹੜੇ ਸਟੇਟ ਨੇ ਕਰਨਾਟਕਾ ਦੇ ਵਿੱਚ ਹੈ ਠੀਕ ਹੈ ਤਾਂ ਤੁਸੀਂ ਇਹਨੂੰ ਯਾਦ ਰੱਖਣਾ ਹੈ ਕਿ ਵਿਦਾਰਦ ਮਤਲਬ ਬਾਂਦਰ ਹੈ ਕਰਨਾਟਕ ਨਾਟਕ ਹੈ ਦਾ ਬਾਂਦਰ ਬਹੁਤ ਜ਼ਿਆਦਾ ਨਾਟਕ ਕਰਦੇ ਨੇ 에어ਪੋਰਟ ਦੇ ਉੱਪਰ ਇਸ ਕਰਕੇ ਇੰਡੀਆ ਨੇ ਰੈਸਕਿਊ ਚਲਾਇਆ ਕਰਨ ਨੂੰ ਫੜੋ ਤਾਨੂੰ ਇਸ ਕਰਕੇ ਯਾਦ ਹੋ ਜਾਏਗਾ ਕਰਨਾਟਕਾ ਦੇ ਚੀਫ ਮਿਨਿਸਟਰ ਕੋਣ ਹੈ ਯਦੁਰੱਪਾ ਨੇ ਯਾਦ ਰੱਖਣਾ ਕਿ ਇਹਨਾਂ ਨੇ ਉਦਘਾਟਨ ਕੀਤਾ ਸੀਗਾ ਸਰਵਿਸ ਦਾ ਬੈਂਗਲੂਰ ਵਿਖੇ ਇਹ ਠੀਕ ਹੈ ਹਾਲਾਂਕਿ ਇਹ ਤੋਂ ਪਹਿਲਾਂ ਇੱਥੇ ਕਾਂਗਰਸ ਦੀ ਸਰਕਾਰ ਮਲਕੀ ਇੱਥੇ ਦੇਵੀਗੋੜਾ ਦੀ ਸਰਕਾਰ ਸੀਗੀ ਔਰ ਉਹਨਾਂ ਨੂੰ ਇਹਨਾਂ ਨੇ ਬੜੇ ਸਾਜ਼ਿਸ਼ ਮੈਂ ਸਾਜ਼ਿਸ਼ ਕੀਤੀ ਹੈ ਜਾਂ ਫਚਲਾਕੀ ਕੀਤੀ ਹੈ ਬੜੇ ਤਰੀਕੇ ਨਾਲ ਇਹਨਾਂ ਨੇ ਉਹਨੂੰ ਫਲੋਰ ਟੈਸਟ ਦੇ ਵਿੱਚ फेल ਕਰਕੇ ਉਹ ਆਪਣੀ ਗਵਰਨਮੈਂਟ ਇਹਨਾਂ ਨੇ ਬਣਾਈ ਹੈ ਠੀਕ ਹੈ ਤਾਂ ਦੋਸਤੋ ਅਗਲੇ ਕੁਐਸਚਨ ਦੇ ਮੁਤਾਬਿਕ ਟੋਟਲ ਕਿੰਨਾ ਟਾਰਗੇਟ ਸੈਟ ਅਪ ਹੈਗਾ ਤਾਂ 40 ਬਿਲੀਅਨ ਨਾਟ ਏ ਮਿਲੀਅਨ 40 ਬਿਲੀਅਨ ਠੀਕ ਹੈ கரੈਕਟ ਚੁਆਇਸ ਹੋਏਗਾ ਚਲੋ 49 ਨੰਬਰ ਕੁਐਸਚਨ ਤੁਹਾਨੂੰ ਪੁੱਛਿਆ ਜਾ ਰਿਹਾ ਹੈ 49 ਨੰਬਰ ਹੈ ਨੰਬਰ ਆਫ ਕੰਟਰੀਜ਼ ਇਨ ਕਾਮਨਵੈਲਥ ਨੇਸ਼ਨ ਆਰ ਕਾਮਨਵੈਲਥ ਦੇ ਵਿੱਚ ਕਿੰਨੀਆਂ ਕੰਟਰੀਜ਼ ਨੇ ਤਾਂ 54 ਬਿਲਕੁਲ கரੈਕਟ ਆਨਸਰ ਹੋਏਗਾ ਆਪਸ਼ਨ ਨੰਬਰ 5ਵਾਂ ਰਾਈਟ ਆਨਸਰ ਹੈ ਸਿੰਪਲ ਜਿਹਾ ਕੁਐਸਚਨ ਹੈ ਨੋਟ ਕਰਖਿਓ ਇਹਨੂੰ ਸਿੰਪਲ ਕੁਐਸਚਨ ਹੈ ਦੱਸਣਾ ਚਾਹਾਂਗਾ ਕਿ ਕਾਮਨਵੈਲਥ ਫੈਮਿਲੀ ਇਬਰਾਹਿਮ ਮੁਹੰਮਦ ਸੌਲੀ ਪ੍ਰੈਜ਼ੀਡੈਂਟ ਨੇ ਇਹ ਮਾਲਦੀਵ ਦੇ ਅਨਾਉਂਸ ਕੀਤਾ ਹੈ ਕਿ ਮਾਲਦੀਵਸ ਹੈਜ਼ ਵਾਂਸ ਅਗੇਨ ਬੀਕਮ ਦਾ ਮੈਂਬਰ ਆਫ ਕਾਮਨਵੈਲਥ ਫੈਮਿਲੀ ਆਫਟਰ ਦਾ ਮੀਟਿੰਗ ਬੀਟਵੀਨ ਅਬਦੁੱਲਾ ਸ਼ਾਹਿਦ ਅਬਦੁੱਲਾ ਸ਼ਾਹਿਦ ਕੌਣ ਨੇ ਫੋਰਨ ਮਿਨਿਸਟਰ ਆਫ ਮਾਲਦੀਵ ਹੈ ਐਂਡ ਇਹਦੇ ਸਬੰਧ ਵਿੱਚ ਕੁਐਸਚਨ ਪਹਿਲਾਂ ਵੀ ਆ ਚੁੱਕਿਆ ਸੀਗਾ ਕਿ ਇਹਨਾਂ ਨੇ ਕੁਇਟ ਕਰਤਾ ਸੀ ਬਟ ਦੁਬਾਰਤੋਂ ਇਹ ਮੈਂਬਰ ਬਣ ਚੁੱਕੇ ਨੇ ਔਰ ਇਹ ਲਗਭਗ 54th ਯਾਨੀ 44ਵਾਂ ਫੈਮਿਲੀ ਫੈਮਿਲੀ ਮੈਂਬਰ ਬਣੇ ਨੇ ਕਾਮਨਵੈਲਥ ਦੇ ਚਲੋ ਅੱਜ ਦੀ ਸੀਰੀਜ਼ ਦਾ ਅੰਤਿਮ ਕੁਐਸਚਨ ਹੈਗਾ ਆ ਕਿ ਰਿਵਰ ਮਾਲਟਾ ਫਲੋਜ਼ ਇਨ ਵਿਚ ਇੰਡੀਅਨ ਸਟੇਟ ਠੀਕ ਹੈ ਤਾਂ ਦੱਸਣਾ ਹੈ ਕਿ ਰਿਵਰ ਜੋ ਬਲਕਿ ਨੋਟੇ ਮਾਲਟਾ ਮਾਫ ਕਰਨਾ ਜਰਾ ਮਾਟਲਾ ਫਲੋਜ਼ ਠੀਕ ਹੈ ਤਾਂ ਇਹਦਾ ਸਹੀ ਆਨਸਰ ਹੋਏਗਾ ਵੈਸਟ ਬੰਗਾਲ ਠੀਕ ਹੈ ਵੈਸਟ ਬੰਗਾਲ கரੈਕਟ ਆਨਸਰ ਹੈ অপਸ਼ਨ ਨੰਬਰ ਪਹਿਲਾ ਹੈ ਸਿੰਪਲ ਜਿਹਾ ਕੁਐਸਚਨ ਹੈਗਾ ਇੰਡੀਅਨ ਨੇਵੀ ਜੋ ਨਵਲ ਬ੍ਰਾਂਚ ਹੈਗੀ ਇੰਡੀਅਨ ਆਰਮਡ ਫੋਰਸ ਇਹ ਲਗਭਗ 5 ਦਿਨਾਂ ਦਾ ਲੌਂਗ ਕੋਸਟਲ ਸਿਕਿਉਰਿਟੀ ਐਕਸਰਸਾਈਜ਼ ਹੈ ਕੋਲਡ ਇਹਨੂੰ ਆਪਾਂ ਮਾਟਲਾ ਅਭਿਆਨ ਕਹਿੰਦੇ ਆ ਜਾਂ ਐਟ ਅ ਸੁੰਦਰਬਨ ਰੀਜਨ ਕਲਕੱਤਾ ਦੇ ਵਿਖੇ ਹੈ ਠੀਕ ਹੈ ਮਾਟਲਾ ਨੋਟੇ ਮਾਲਟਾ ਮਾਟਲਾ கரੈਕਟ ਚੁਆਇਸ ਮਾਟਲਾ ਠੀਕ ਹੈ ਤੇ ਇਹ ਵੈਸਟ ਬੰਗਾਲ ਦੇ ਵਿੱਚ ਬਹੁਤ ਅੱਛਾ ਕੁਐਸਚਨ ਹੈ ਯਾਦ ਰੱਖਿਓ ਇਸਨੂੰ ਚਲਿਏ ਤੁਹਾਡੇ ਤੋਂ ਮੈਂ ਇੱਕ ਕੁਐਸਚਨ ਪੁੱਛਦਾ ਐਟ ਦਾ ਐਂਡ ਆਫ ði ਸੈਸ਼ਨ ਤੁਸੀਂ ਮੈਨੂੰ ਇਹ ਚੀਜ਼ ਦੱਸਣਾ ਹੈ ਕਿ ਅੰਡਰ 19 अंडर नाइनटीन अंडर नाइनटीन वर्ल्ड कप वर्ल्ड कप ट्वेंटी ट्वेंटी के विनर कौन ने ऑप्शन पहला ऑप्शन पहला इंडिया ऑप्शन दूजा है ऑस्ट्रेलिया ऑप्शन तीजा है वेस्ट इंडीज ऑप्शन चार हैगा इंग्लैंड ऑप्शन पवा हैगा पाकिस्तान तो आई हैव गिवन यू फाइव ऑप्शन प्लीज़ चूज योर करेक्ट चॉइस ਐਂਡ ਰਾਈਟ ਇਨ ਕਮੈਂਟ ਬਾਕਸ ਥੈਂਕ ਯੂ so much ਤੁਸੀਂ ਆਪਣਾ ਬੇਸ਼ਕੀਮਤੀ ਸਮਾਂ ਦਿੱਤਾ ਮੈਂ ਮਿਲਾਂਗਾ ਤੁਹਾਨੂੰ ਨੈਕਸਟ ਧਮਾਕੇਦਾਰ ਸੈਸ਼ਨ ਤਦ ਤੱਕ ਖਿਆਲ ਰੱਖੋ ਟੇਕ ਕੇਅਰ ਬਾਏ ਬਾਏ